ਗਲੇ ਦੀ ਪ੍ਰੋਬਲਮ ਆ ਗਈ ਸੀ, 5 ਤੋਂ 6 ਸਾਲ ਫਿਰ ਗਾ ਨਹੀਂ ਸਕਿਆ। ਨਹੀਂ ਤਾਂ ਮੇਰਾ ਪਹਿਲਾ ਗਾਣਾ ਹੋਣਾ ਸੀ ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾਲ। ਸੀਬੋ ਲਾਲ ਅੱਜ ਹੈ ਅਤੇ ਉਹ ਸਿਰਫ ਅਤੇ ਸਿਰਫ ਪੰਜਾਬੀ ਗਾਣਿਆਂ ਕਰਕੇ ਆ। ਜਿੰਨੇ ਵੀ ਉਹ ਗਾਣੇ, ਚਾਹੇ ਬੁੱਗੇ ਭਾਅ ਜੀ ਦਾ ਵਿਛੜਨ ਵਿਛੜਨ ਕਰਦੀ ਹੈ, ਉਹ ਸਾਰੇ ਉਹਨੇ ਗਾ ਕੇ ਹੀ ਆਪਣਾ ਨਾਂ ਬਣਾਇਆ। ਹੋ ਮੈਂ ਤਾਂ ਪਾਗਲ ਹਾਂ ਤੇਰੇ ਲਈ, ਰੋਊਂਗਾ ਹੀ ਕੇ ਛੱਡਣਾ, ਤੇਰੇ ਬਿਨਾਂ ਰਿਹਾ ਜਾਣਾ ਨਹੀਂ, ਉਹ ਜ਼ਿੰਦਗੀ ਚੋਂ ਮੈਨੂੰ ਕੱਢਣਾ, ਉਹ ਤੈਨੂੰ ਪਤਾ ਵੀ ਨਹੀਂ ਹੋਣਾ ਮੈਨੂੰ ਲੋੜ ਤੇਰੀ ਕਿੰਨੀ, ਬਸ ਕਹਿ ਲੈ ਲੋੜ ਮਰੇ ਪਏ ਨੂੰ ਸਾਹਾਂ ਦੀ ਏ ਜਿੰਨੀ, ਤੇਰੀ ਖੁਸ਼ੀ ਮੂਰੇ ਆ ਕੇ ਸਭ ਹਰਦਾ, ਜਿੱਦ ਰੋਬ ਕੋਈ ਨਾ ਤਰਲਾ ਪਿਆਰ ਦਾ, ਦੇਖ ਲੈ ਜੇ ਸਰਦਾ, ਉਹ ਹੰਝੂਆਂ ਤੇ ਜਾਣਾ ਉਹੀ ਕਰ ਸੱਜਣਾ ਜੋ ਦਿਲ ਤੇਰਾ ਕਰਦਾ। ਜ਼ਿੰਦਗੀ 'ਚ ਕਦੇ ਬਾਉਂਸਰ ਨਹੀਂ ਰੱਖੇ, ਨਾ ਰੱਖੇ ਅਤੇ ਨਾ ਰੱਖਣੇ ਅਤੇ ਨਾ ਰੱਖਾਂਗਾ। ਨਹੀਂ ਹੈ ਗਲਾ ਇਹ ਕਿਸੇ ਦਾ ਨਹੀਂ ਹੈ, ਸਭ ਮਾਲਕ ਦੀ ਦੇਣ ਹੈ। ਇਹਦੇ 'ਤੇ ਮਾਣ ਕੋਈ ਨਹੀਂ ਹੈ, ਭਈ ਅੱਜ ਜੇ ਵਧੀਆ ਚੱਲਦਾ ਇਹ ਵੀ ਉਹਦੀ ਮੌਜ ਹੈ, ਜੇ ਖਰਾਬ ਵੀ ਹੋ ਗਿਆ ਇਹ ਵੀ ਉਹਦੀ ਮੌਜ ਹੈ, ਉਹਦੀ ਮੌਜ 'ਚ ਰਹਿਣਾ। ਅਸੀਂ ਗਲਤ ਗਾਇਕ ਨੂੰ ਪ੍ਰਮੋਟ ਨਹੀਂ ਕਰਨਾ, ਗਲਤ ਗੀਤ ਨੂੰ ਪ੍ਰਮੋਟ ਨਹੀਂ ਕਰਨਾ। ਚੈਨਲ 'ਤੇ ਨਾ ਚਲਾਓ ਜੀ, ਆਪੇ ਯੂਟਿਊਬ 'ਤੇ ਲੋਕ ਆਪੇ ਦੇਖ ਕੇ ਹਟ ਜਾਣਗੇ, ਜਦ ਪਤਾ ਵੀ ਕੋਈ ਟੀ ਵੀ ਚਲਾ ਹੀ ਨਹੀਂ ਰਿਹਾ। ਜਦ ਕਿਸੇ ਨੂੰ ਦੇਖਣ ਨੂੰ ਨਾ ਮਿਲੂਗਾ, ਆਪੇ ਲੋਕ ਦੁਖਣ ਨੂੰ ਹਟ ਜਾਣਗੇ। ਜੇ ਆਪਾਂ ਆਪਣੀ ਸੋਚ ਨੂੰ ਇੱਕ ਟੀ ਟੂ ਸ਼ਟਰਾਂ ਵਾਲੇ ਤੱਕ ਹੀ ਸੀਮਤ ਕਰ ਲਈ, ਇਹ ਤਾਂ ਬਹੁਤ ਮਾੜੀ ਗੱਲ ਆ। ਜੇ ਟੀ ਟੂ ਸ਼ਟਰਾਂ ਵਾਲੇ ਨੂੰ ਹੀ ਪ੍ਰਮੋਟ ਕਰਨਾ ਤਾਂ ਫਿਰ ਸਾਨੂੰ ਕੋਈ ਹੱਕ ਨਹੀਂ ਹੈ। ਐਵੇਂ ਦੇਸ਼ ਬਾਰੇ ਗੱਲਾਂ ਕਰੀਏ ਵੀ ਅੱਜ ਦੇਸ਼ ਇੱਥੇ ਚਲ ਗਿਆ, ਅੱਜ ਦੇਸ਼ ਇੱਥੇ ਚਲ ਗਿਆ, ਅਤੇ ਉਹ ਤਾਂ ਕੋਈ ਸਿੰਗਰ ਤਾਂ ਉਹ ਹੈ ਨਹੀਂ ਵਿਚਾਰਾ ਵੀ 2 ਘੰਟੇ ਗਾ ਕੇ ਕਿਤੇ ਪਰਫਾਰਮ ਕਰਕੇ ਆਪਣੇ ਪੈਸੇ ਕਮਾ ਲੂਗਾ। ਦੇਸ਼ ਦੀ ਆਜ਼ਾਦੀ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਪਿੰਡ ਬਲਗਾ ਵਿੱਚ ਇਕੱਲੇ ਗਦਰੀਆਂ ਨੇ ਜਨਮ ਨਹੀਂ ਲਿਆ, ਬਲਕਿ ਕੁਝ ਅਜਿਹੀਆਂ ਸ਼ਖਸੀਅਤਾਂ ਨੇ ਵੀ ਜਨਮ ਲਿਆ ਜਿਨ੍ਹਾਂ ਦੇ ਕਰਕੇ ਪਿੰਡ ਬਲਗਾ ਨੂੰ ਮਕਬੂਲੀਅਤ ਨੂੰ 4 ਚੰਨ ਲੱਗ ਗਏ। ਗੱਲ ਕਰ ਰਹੀ ਹਾਂ ਇੱਕ ਐਸੇ ਕਲਾਕਾਰ ਦੀ ਜਿਹਦੇ ਬਹੁਤ ਸਾਰੇ ਗੀਤ ਨੇ ਅਤੇ ਪੰਜਾਬੀ ਲੋਕਾਂ ਨੇ ਵੀ ਉਸ ਪੰਜਾਬੀ ਕਲਾਕਾਰ ਨੂੰ ਆਪਣੇ ਹੱਥਾਂ 'ਤੇ ਚੱਕ ਲਿਆ। ਦੇਸ਼ ਵਿਦੇਸ਼ ਵਿੱਚ ਅੱਜ ਵੀ ਉਹਨਾਂ ਦੇ ਗਾਣੇ ਜਿਹੜੇ ਹਰ ਘਰ ਦੇ ਵਿੱਚ ਵੱਜਦੇ ਨੇ। ਗੱਲ ਕਰ ਰਹੀ ਹਾਂ ਬਲਰਾਜ ਹੋਣਾ ਦੀ, ਜਿਨ੍ਹਾਂ ਨੇ ਸਾਫ਼ ਸੁਥਰੀ ਗਾਇਕੀ ਅਤੇ ਅਰਥ ਭਰਪੂਰ ਗਾਇਕੀ ਗਾਈ ਹੈ ਅਤੇ ਲੋਕਾਂ ਨੇ ਬੇਹੱਦ ਉਹਨਾਂ ਨੂੰ ਭਰਵਾਂ ਪਿਆਰ ਦਿੱਤਾ। ਅੱਜ ਡੇਲੀ ਪੋਸਟ ਪੰਜਾਬੀ ਦੇ ਵਿਹੜੇ ਪਹੁੰਚੇ ਹੋਏ ਨੇ ਬਲਰਾਜ। ਸੋ ਸਭ ਤੋਂ ਪਹਿਲਾਂ ਤੁਹਾਡਾ ਪੈਰ ਫਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤਾਂ ਤੁਹਾਡਾ ਪਹਿਲਾਂ ਤਾਂ ਮਨਦੀਪ ਜੀ, ਡੇਲੀ ਪੋਸਟ ਪੰਜਾਬੀ ਦੇਖਣ ਵਾਲੇ ਜਿੰਨੇ ਵੀ ਨੇ ਜੀ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਅਤੇ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਬੜੀ ਮਿਹਰਬਾਨੀ ਹੈ ਜੀ। ਸਮਾਂ ਤੁਸੀਂ ਕੀਮਤੀ ਦਿੱਤਾ ਜੀ, ਤੁਸੀਂ ਬਿਜ਼ੀ ਟਾਈਮ 'ਚ ਸਾਡੇ ਲਈ ਟਾਈਮ ਕੱਢਿਆ, ਸਾਡੇ ਵੇਲੇ ਪਹੁੰਚੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧਿਆਨ ਦੇ ਲਈ। ਬਹੁਤ ਬਹੁਤ ਧੰਨਵਾਦ। ਸੋ ਬਲਰਾਜ ਨੇ ਜਦੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਹ ਜਿਹੜਾ ਸਫ਼ਰ ਹੈ ਕਿੱਥੋਂ ਸ਼ੁਰੂ ਹੋਇਆ ਸੀ, ਕਿੱਦਾਂ ਗਾਇਕੀ ਦਾ ਖਿਆਲ ਮਨ ਵਿੱਚ ਆਇਆ ਸੀ? ਗਾਇਕੀ ਦਾ ਜਿਹੜਾ ਸਫ਼ਰ ਹੈ ਜੀ ਬਚਪਨ ਤੋਂ ਸਟਾਰਟ ਹੋਇਆ, ਸਕੂਲ ਟਾਈਮ ਤੋਂ ਸਟਾਰਟ ਹੋਇਆ। ਹਾਲਾਂਕਿ ਮੇਰੀ ਫੈਮਲੀ ਦੇ ਵਿੱਚ ਬੈਕਗ੍ਰਾਊਂਡ ਕੋਈ ਸਿੰਗਿੰਗ ਦੇ ਨਾਲ ਕਿਸੇ ਦਾ ਤਾਲੁਕਾਤ ਨਹੀਂ ਆ, ਜੱਟਾਂ ਦੇ ਮੁੰਡਿਆਂ ਖੇਤੀਬਾੜੀ ਵਾਲਿਆਂ ਕੰਮ ਸੀ, ਪਰ ਮੇਰੇ ਦਾਦਾ ਜੀ ਸਵਰਗੀਏ ਕਰਤਾਰ ਸਿੰਘ ਜੀ ਉਹ ਚੰਗੀ ਗਾਇਕੀ ਸੁਣਦੇ ਸਨ ਅਤੇ ਸਾਡਾ ਪਿੰਡ ਦੇ ਵਿੱਚ ਅਕਸਰ ਇੱਕ ਹੋਰੀਆਂ ਦਾ ਮੇਲਾ ਲੱਗਿਆ ਕਰਦਾ ਸੀ, ਉੱਥੇ ਬੜੇ ਵੱਡੇ ਵੱਡੇ ਫਨਕਾਰ ਆਉਂਦੇ ਸੀ। ਉਹ ਚਣਕ ਜਿਹੜੀ ਸੀਗੀ ਲੱਗੀ ਮੇਰੇ ਦਾਦਾ ਜੀ ਸੁਣਦੇ ਸਨ। ਮੈਨੂੰ ਹੌਲੀ ਹੌਲੀ ਸ਼ੁਰੂਆਤ ਦੇ ਵਿੱਚ ਗਾਉਣ ਦਾ ਸ਼ੌਂਕ ਸੀ,
ਉਹ ਸ਼ੌਂਕ ਹੌਲੀ ਹੌਲੀ ਪ੍ਰੋਫੈਸ਼ਨਲ ਦੇ ਵਿੱਚ ਕੁਝ ਸਮਾਂ ਪਾ ਕੇ, ਕਿਉਂਕਿ ਗਾਇਕੀ ਦੇ ਵਿੱਚ ਮੈਂ ਜਦੋਂ ਪਲੱਸ ਟੂ ਪਾਸ ਕਰਕੇ ਖਾਲਸਾ ਕਾਲਜ ਗਿਆ ਜਲੰਧਰ, ਉੱਥੇ ਮੇਰੀ ਮੁਲਾਕਾਤ ਮੇਰੇ ਉਸਤਾਦ ਜੀ ਜਨਾਬ ਨਿਰਮਲ ਸਿੱਧੂ ਸਾਹਿਬ ਨਾਲ ਹੋਈ। ਉੱਥੋਂ ਸੰਗੀਤ ਦਾ ਦੌਰ ਸ਼ੁਰੂ ਹੋਇਆ ਅਤੇ ਗੁਰੂ ਜੀ ਚਰਨਜੀਤ ਆਹੂਜਾ ਸਾਹਿਬ ਤੋਂ ਲੈ ਕੇ ਅੱਜ ਤੱਕ ਇਹ ਜਿਹੜਾ ਕਾਰੋਬਾਰ ਚੱਲਦਾ ਆ ਰਿਹਾ। ਸੋ ਨਿਰਮਲ ਸਿੱਧੂ ਹੋਣਾ ਅਤੇ ਚਰਨਜੀਤ ਆਹੂਜਾ ਤੋਂ ਤੁਸੀਂ ਜਿਹੜੀ ਗਾਇਕੀ ਦੀ ਤਾਲੀਮ ਹਾਸਿਲ ਕੀਤੀ। ਜੀ ਬਿਲਕੁਲ। ਸੋ ਉਸ ਤੋਂ ਬਾਅਦ ਤੁਸੀਂ ਲਗਾਤਾਰ ਜਿਹੜਾ ਪੈਰ ਆਪਣੀ ਸੰਗੀਤ ਖੇਤਰ ਵਿੱਚ ਰੱਖਿਆ ਅਤੇ ਗਾਣਾ ਆਇਆ ਸੀ ਤੁਹਾਡਾ ਸਾਡੇ ਪਿੰਡ ਵਿੱਚ ਨਹੀਂ ਚੱਲਦੀ ਮਰਜ਼ੀ ਧੀਆਂ ਦੀ, ਬਹੁਤ ਬਾ ਕਮਾਲ ਗੀਤ ਸੀਗਾ, ਬਹੁਤ ਜਿਹੜਾ ਗੀਤ ਹਿੱਟ ਵੀ ਹੋਇਆ, ਹਰ ਇੱਕ ਪੇਂਡੂ ਖੇਤਰ ਵਿੱਚ ਉਸਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਬਿਲਕੁਲ, ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਉਹ ਗੀਤ ਸੀ, ਕਿਉਂਕਿ ਅਕਸਰ ਪਿੰਡਾਂ ਦੀਆਂ ਕੁੜੀਆਂ ਦੇ ਜਜ਼ਬਾਤ ਜਿਹੜੇ ਹੁੰਦੇ ਆ, ਸਾਡਾ ਸਮਾਜ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੁੜੀਆਂ ਮਨ ਮਰਜ਼ੀ ਕਰ ਸਕਣ। ਹਾਲਾਂਕਿ ਹੁਣ ਤਾਂ ਪੱਛਮੀ ਸੱਭਿਆਚਾਰ ਬਹੁਤ ਜ਼ਿਆਦਾ ਭਾਰੀ ਹੁੰਦਾ ਜਾ ਰਿਹਾ, ਹਾਲੇ ਥੋੜ੍ਹੀ ਬਹੁਤੀ ਜਿਹੜੀ ਸੰਗ ਸ਼ਰਮ ਬਚੀ ਪਿੰਡਾਂ 'ਚ ਬਚੀ ਹੈ, ਪੰਜਾਬੀ ਸੱਭਿਆਚਾਰ 'ਚੋਂ ਬਚੀ ਹੋਈ ਹੈ। ਸੋ ਮੈਂ ਮੇਰੀ ਸ਼ੁਰੂਆਤ, ਮੈਂ ਆਪਣੇ ਆਪ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਮੇਰੀ ਸ਼ੁਰੂਆਤ ਤੋਂ ਉਸ ਗੀਤ ਤੋਂ ਹੋਈ ਸੀ ਕਿ ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ। ਸੋ ਦੋ ਬੋਲੇ ਇਸ ਗੀਤ ਦੇ ਜ਼ਰੂਰ। ਹਾਂ ਬਿਲਕੁਲ ਜੀ, ਉਹ ਗਾਣਾ ਗੁਰੂ ਜੀ ਜਨਾਬ ਚਰਨਜੀਤ ਆਹੂਜਾ ਸਾਹਿਬ ਨੇ ਉਹ ਗਾਣਾ ਬਣਾਇਆ ਸੀ, ਉਹਦੀਆਂ ਚੰਦ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦਾ। ਇੱਕ ਗੱਲ ਆਖਾਂ ਦਿਲਦਾਰ ਆਵੇ, ਭਾਵੇਂ ਲੱਗਦਾ ਸਾਨੂੰ ਪਿਆਰਾ ਵੇ, ਬਸ ਦੁਆ ਸਲਾਮੀ ਹੀ ਕਾਫੀ ਹੈ, ਇਹਨਾਂ ਕੱਚੀਆਂ ਨੀਹਾਂ ਦੀ ਮਰਜ਼ੀ ਨਹੀਂ ਉਹ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ, ਹੋ ਮਰਜ਼ੀ ਨਹੀਂ ਉਹ ਚੱਲਦੀ ਵੇ ਸਾਡੇ ਪਿੰਡ ਵਿੱਚ ਧੀਆਂ ਦੀ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਗੀਤ ਹੈ ਨਾ, ਬਾ ਕਮਾਲ ਗੀਤ ਹੈ ਜੀ। ਸੋ ਜਦੋਂ ਤੁਸੀਂ ਇਸ ਖੇਤਰ ਵਿੱਚ ਆਏ, ਹਰ ਇੱਕ ਗਾਇਕ ਦੇ ਇੱਕ ਉਤਰਾਅ ਚੜਾਅ ਜ਼ਰੂਰ ਰਹਿੰਦਾ ਹੈ, ਤੁਹਾਡੀ ਜ਼ਿੰਦਗੀ 'ਚ ਵੀ ਆਇਆ ਹੋਣਾ। ਹਾਂ ਬਿਲਕੁਲ ਜੀ, ਮੈਂ ਉਤਰਾਅ ਚੜਾਅ, ਜ਼ਿੰਦਗੀ ਇੱਕ ਸੰਘਰਸ਼ ਹੈ ਜੀ, ਸੰਘਰਸ਼ ਦੇ ਵਿੱਚ ਕਈ ਵਾਰੀ ਬੰਦੇ ਨੂੰ ਬੜੀਆਂ ਕਠਿਨਾਈਆਂ ਵੀ ਆਉਂਦੀਆਂ ਅਤੇ ਉਤਰਾਅ ਚੜਾਅ ਚੱਲਦੇ ਰਹਿੰਦੇ ਆ। ਜਿਹੜਾ ਬੰਦਾ ਸੰਘਰਸ਼ ਨਹੀਂ ਕਰਦਾ ਉਹ ਫਿਰ ਕਾਮਯਾਬ ਨਹੀਂ ਹੋ ਸਕਦਾ। ਸੰਘਰਸ਼ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਚਾਹੇ ਉਹ ਕੋਈ ਫੀਲਡ ਹੋਵੇ, ਜ਼ਰੂਰੀ ਨਹੀਂ ਕਿ ਗਾਇਕੀ ਦਾ ਫੀਲਡ ਆ, ਚਾਹੇ ਬਿਜ਼ਨਸ ਵੀ ਆ, ਬਿਜ਼ਨਸ 'ਚ ਵੀ ਉਤਰਾਅ ਚੜਾਅ ਆਉਂਦੇ ਆ। ਇਸ ਦੌਰ ਦੇ ਵਿੱਚ ਮੈਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਅੱਜ ਜੋ ਵੀ ਆ ਪੰਜਾਬੀ ਸਰੋਤਿਆਂ ਦੀ ਬਦੌਲਤ ਆ। ਸੋ ਮੈਂ ਪੰਜਾਬੀਆਂ ਦਾ ਦੇਣਾ ਸਾਰੀ ਉਮਰ ਨਹੀਂ ਦੇ ਸਕਦਾ। ਵੈਸੇ ਕੋਈ ਇੱਕ ਜੇ ਇੱਦਾਂ ਦੀ ਕਠਿਨਾਈ ਹੋਵੇ ਜਿੱਥੇ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਡੋਲ ਜਿਹੇ ਗਏ ਹੋਵੋ, ਕੋਈ ਉੱਦਾਂ ਦੀ ਘਟਨਾ ਹੈ ਲਾਈਫ? ਹਾਂ ਬਿਲਕੁਲ ਜੀ, ਮੈਂ ਜਦੋਂ ਆਹੂਜਾ ਸਾਹਿਬ ਕੋਲ ਗਿਆ ਸੀ 2007 ਦੇ ਵਿੱਚ, ਮੈਂ ਗਿਆ ਸੀ, ਮੇਰੀ ਐਲਬਮ 2007 'ਚ ਆ ਜਾਣੀ ਸੀ, 2001-2 ਦੇ ਵਿੱਚ ਮੈਂ ਉਸ ਵੇਲੇ ਮੇਰਾ ਗਲੇ ਦੀ ਪ੍ਰੋਬਲਮ ਆ ਗਈ ਸੀ, 5 ਤੋਂ 6 ਸਾਲ ਫਿਰ ਗਾ ਨਹੀਂ ਸਕਿਆ, ਨਹੀਂ ਤਾਂ ਮੇਰਾ ਪਹਿਲਾ ਗਾਣਾ ਹੋਣਾ ਸੀ ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਨੀਂਦ ਨਾਲ, ਅਤੇ ਉਹ ਫਿਰ ਐਸਾ ਮੇਰਾ ਦੌਰ ਥੋੜ੍ਹਾ ਜਿਹਾ ਹੋਇਆ, ਮੈਂ 4-5 ਸਾਲ ਨਹੀਂ ਗਾ ਸਕਿਆ। ਫਿਰ ਜਾ ਕੇ 2007 ਵਿੱਚ ਮੇਰੀ ਪਹਿਲੀ ਐਲਬਮ, ਉਹ ਮੈਨੂੰ ਟਾਈਮ ਜਿਹੜਾ ਮੇਰੇ ਉਹ 5-6 ਸਾਲ ਮੈਂ ਕਹਿੰਦਾ ਹੁੰਦਾ ਜ਼ਿੰਦਗੀ ਦੀ, ਪਰ ਉਹ ਵੀ ਮਾਲਕ ਦੀ ਰਜ਼ਾ, ਉਹਦੀ ਰਜ਼ਾ 'ਚ ਰਹਿਣਾ ਪੈਣਾ, ਕਿਉਂਕਿ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਉਂਦੇ ਰਹਿੰਦੇ ਆ, ਪਰ ਉਹ ਜੇ ਮਾਲਕ ਤੁਹਾਡਾ ਸਾਥ ਦਿੰਦਾ
ਤੇ ਉਹ ਫਿਰ ਮਾੜਾ ਸਮਾਂ ਵੀ ਭੁੱਲ ਜਾਂਦਾ ਬੰਦੇ। ਵੈਸੇ ਬਾਹ ਸਾਹਿਬ ਭਾਵੇਂ ਤੁਹਾਡਾ ਗਾਇਬ ਰਿਹਾ ਆ ਹਨਾ, ਤੇ ਬਲਰਾਜ ਭਾਵੇਂ ਗਾਇਬ ਸੀ, ਪਰ ਜਦੋਂ ਵੀ ਵਾਪਸੀ ਕੀਤੀ ਹੈ ਤੁਸੀਂ ਤਾਂ ਤੁਹਾਨੂੰ ਦਰਸ਼ਕਾਂ ਨੇ ਆਪਣੇ ਹੱਥਾਂ 'ਤੇ ਬਿਠਾ ਲਿਆ, ਬਹੁਤ ਸਾਰਾ ਜਿਹੜਾ ਪਿਆਰ ਮਿਲਿਆ, ਬਹੁਤ ਸਾਰੇ ਗੀਤ ਆਏ ਨੇ, ਕਿੰਨਾ ਪਿਆਰ, ਮੇਰੀ ਆਸ਼ਕੀ, ਉਸ ਤੋਂ ਬਾਅਦ ਮੁੰਡਾ, ਲਾਹੌਰ ਸ਼ਹਿਰ ਵਰਗਾ, ਅਤੇ ਬਹੁਤ ਸਾਰੇ ਜਿਹੜੇ ਗੀਤ ਨੇ ਲਗਾਤਾਰ ਬੈਕ ਟੂ ਬੈਕ ਆਏ, ਬਹੁਤ ਸਾਰਾ ਪਿਆਰ ਵੀ ਮਿਲਿਆ। ਇੱਕ ਗੀਤ ਤੁਹਾਡਾ ਇੱਦਾਂ ਦਾ ਕਿ ਕਿਹੜਾ ਤੁਹਾਨੂੰ ਦਿਲੋਂ ਪਸੰਦ ਹੋਵੇ, ਜਿਹੜਾ ਅਕਸਰ ਤੁਸੀਂ ਗੁਣਗੁਣਾਉਂਦੇ ਵੀ ਰਹਿੰਦੇ ਹੋਵੋ? ਗਾਣੇ ਤਾਂ ਇਨਸਾਨ ਦੀ ਜ਼ਿੰਦਗੀ 'ਤੇ, ਮੈਂ ਜਿੰਨੇ ਕੁ ਵੀ ਕਰ ਰਿਹਾ, ਮੈਨੂੰ ਲੱਗ ਰਿਹਾ ਹੁੰਦਾ ਕਿ ਸਾਰੇ ਗਾਣੇ ਪਿਆਰੇ ਨੇ, ਪਰ ਕਈ ਗਾਣੇ ਦੇ ਨਾਲ ਤੁਹਾਡਾ ਦਿਲੋਂ ਪਿਆਰ ਹੋ ਜਾਂਦਾ, ਦਿਲੋਂ ਲੱਗਦਾ ਹੁੰਦਾ ਕਿ ਉਹ ਗਾਣਾ ਮੈਂ ਹੈ ਇੱਕ ਗਾਣਾ ਜੀ, ਉਹਦੀਆਂ ਚਾਰ ਲਾਈਨਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਸੱਚੀ ਸੁੱਚੀ ਝੂਠੇ ਖਾਬ ਦਿਖਾ ਕੇ ਚਲੀ ਗਈ, ਉਂਗਲਾਂ 'ਤੇ ਕੱਟ ਪੁਤਲੀ ਨਾਚ ਨਚਾ ਕੇ ਚਲੀ ਗਈ, ਭੁੱਲੀ ਵਿਸਰੀ ਆਪਣੀ ਯਾਦ, ਭੁੱਲੀ ਵਿਸਰੀ ਆਪਣੀ ਯਾਦ, ਦਵਾ ਕੇ ਚਲੀ ਗਈ। ਇੱਕ ਕੁੜੀ ਮੇਰੀ ਜ਼ਿੰਦਗੀ ਵਿੱਚ ਆ ਕੇ ਚਲੀ ਗਈ। ਓਹੋ, ਕੌਣ ਸੀ ਉਹ ਕੁੜੀ? ਨਹੀਂ, ਕੁੜੀ ਕੋਈ ਵੀ ਨਹੀਂ ਸੀ, ਵੈਸੇ ਗਾਣਾ ਇੱਕ ਸ਼ਾਇਰ ਦਾ ਖਿਆਲ ਸੀ, ਬਾਈ ਸੁਖਪਾਲ ਔਜਲਾ, ਬਹੁਤ ਪੰਜਾਬੀ ਦਾ ਉਹ ਸਰਮੌਰ ਗੀਤਕਾਰ। ਇਹ ਗਾਣਾ ਮੈਂ ਬਲਰਾਜ ਲਾਈਵ ਦੇ ਵਿੱਚ ਅਸੀਂ ਕੀਤਾ ਸੀ, ਮੈਂ ਅਕਸਰ ਇਹ ਗਾਣਾ, ਮੈਨੂੰ ਬਹੁਤ ਚੰਗਾ ਲੱਗਦਾ ਜੀ। ਜੀ, ਸੋ ਬਹੁਤ ਸਾਰੇ ਗੀਤ ਆਏ, ਕਿ ਤੁਹਾਡਾ ਗੀਤ ਆਇਆ ਸੀ ਅੱਲੜ ਦੀ ਜਾਨ 'ਤੇ ਬਣੀ, ਉਸ ਗੀਤ ਨੂੰ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਨੇ ਵੀ ਗਾਇਆ ਸੀ, ਹਾਲਾਂਕਿ ਉਹਨਾਂ ਨੇ ਇਹ ਗੱਲ ਬੋਲੀ ਸੀ ਕਿ ਗੀਤ ਉਹਨਾਂ ਦਾ ਆ, ਉਹਨਾਂ ਬਾਰੇ ਕੀ ਕਹੋਗੇ? ਦੇਖੋ ਜੀ, ਮੇਰਾ ਕਹਿਣਾ ਤਾਂ ਕੁਛ ਨਹੀਂ ਹੈ, ਪਰ ਉਹਨਾਂ ਨੂੰ ਆਦਤ ਹੈ ਨਸੀਬੋ ਜੀ ਨੂੰ ਕਿ ਉਹ ਜਿੰਨੇ ਵੀ ਪੰਜਾਬ ਦੇ ਵਿੱਚ ਗਾਣੇ ਹਿੱਟ ਹੁੰਦੇ ਆ ਉਹਨਾਂ ਨੂੰ ਉਹ ਗਾਉਂਦੇ ਆ, ਅਤੇ ਗਾ ਕੇ ਆਪਣਾ ਉਹ ਵੀ ਟਾਈਮ ਪਾਸ ਕਰ ਰਹੇ ਆ, ਚਲੋ ਉਹਨਾਂ ਦੀ ਮੌਜ ਹੈ। ਮੇਰੇ ਗਾਣੇ ਤੋਂ ਸਾਲ ਡੇਢ ਸਾਲ ਬਾਅਦ ਉਹਨਾਂ ਨੇ ਉਹ ਗਾਇਆ ਸੀ ਜੀ, ਜੇ ਉਹਨਾਂ ਨੂੰ ਲੱਗ ਰਿਹਾ ਉਹਨਾਂ ਦਾ, ਪਰ ਬਸ ਇੱਕ ਵਾਰੀ ਉਹਨਾਂ ਦੇ ਮੈਨੇਜਰ ਨਾਲ ਗੱਲ ਹੋਈ ਸੀ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਕਿ ਇੱਦਾਂ ਨਹੀਂ ਕਰੀਦਾ ਹੁੰਦਾ, ਕਿਉਂਕਿ ਇਹ ਗਾਣਾ ਮੈਂ ਕਿਹਾ ਦਲਜੀਤ ਚਿੱਟੀ ਦਾ ਲਿਖਿਆ ਅਤੇ ਮੈਂ ਗਾਇਆ, ਮੈਂ ਕਿਹਾ ਆਲਰੇਡੀ ਇਹਦੇ ਰਾਈਟਸ ਟੀਸਰੀਜ਼ ਕੋਲ ਆ, ਅਤੇ ਫਿਰ ਉਹਨਾਂ ਦੀ ਆਦਤ ਹੀ ਆ ਉਹ, ਕਿਉਂਕਿ ਉਹ ਜਿੰਨੇ ਵੀ ਅੱਜ ਆ ਨਸੀਬੋ ਲਾਲ ਅੱਜ ਹੈ, ਅਤੇ ਉਹ ਸਿਰਫ ਅਤੇ ਸਿਰਫ ਪੰਜਾਬੀ ਗਾਣਿਆਂ ਕਰਕੇ ਆ, ਜਿੰਨੇ ਵੀ ਉਹ ਗਾਣੇ, ਚਾਹੇ ਬੁੱਗੇ ਭਾਜੀ ਦਾ ਵਿਛੜਨ ਵਿਛੜਨ ਕਰਦੀ ਹੈ, ਉਹ ਸਾਰੇ ਉਹਨੇ ਗਾ ਕੇ ਹੀ ਆਪਣਾ ਨਾਂ ਬਣਾਇਆ, ਅਤੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਉਹ ਗਾਣੇ ਉਹਨਾਂ ਦੇ ਨੇ, ਠੀਕ ਆ ਤੇਰਾ ਰੋਟੀ ਪਾਣੀ ਚੱਲਣ ਡਿਆ, ਗਾ ਕੇ ਤਾਂ ਤੂੰ ਗਾਉਣੀ ਪੰਜਾਬੀ ਗਾਣੇ ਆ, ਅਤੇ ਕਮ ਸੇ ਕਮ ਉਹਨੂੰ ਉਸ ਸਿੰਗਰ ਦਾ ਥੈਂਕਸ ਕਰਨਾ ਚਾਹੀਦਾ, ਜੇ ਨਹੀਂ ਕਰਦੀ ਤਾਂ ਕੋਈ ਗੱਲ ਨਹੀਂ, ਦੂਰ ਬੈਠੀ ਆ, ਜੇ ਇੱਥੇ ਇੱਥੇ ਹੁੰਦੀ ਫਿਰ ਦੱਸ ਦਿੰਦੇ ਉਹਨੂੰ। ਸੋ ਗੱਲ ਕਰਦੇ ਕਿ ਵੈਸੇ ਅੱਜ ਦੇ ਜਿਹੜੇ ਯੁੱਗ ਵਿੱਚ ਬੜੇ ਬੇਤੁੱਕੇ ਜਿਹੇ ਗਾਣੇ ਆ ਰਹੇ ਨੇ ਜੀ, ਕਈ ਸਿੰਗਰ ਇੱਦਾਂ ਦੇ ਰਾਤੋਂ ਰਾਤ ਹੀ ਜਿਹੜੇ ਹਿੱਟ ਹੋ ਜਾਂਦੇ ਨੇ, ਅਤੇ ਗਾਣਾ ਹਾਲੇ ਗਾਇਆ ਹੁੰਦਾ, ਬਾਊਂਸਰ ਚਾਰ ਚਾਰ ਹੁੰਦੇ ਨੇ, ਉਹਨਾਂ ਬਾਰੇ ਕੀ ਕਹੋਗੇ? ਜੀ, ਹਰੇਕ ਦਾ ਆਪੋ ਆਪਣੀਆਂ ਨਜ਼ਰੀਆ ਜੀ, ਹੁਣ ਮੈਂ ਜ਼ਿੰਦਗੀ 'ਚ ਕਦੇ ਬਾਊਂਸਰ ਨਹੀਂ ਰੱਖੇ, ਨਾ ਰੱਖੇ ਆ ਅਤੇ ਨਾ ਰੱਖਣੇ ਆ ਅਤੇ ਨਾ ਰੱਖਾਂਗਾ, ਅਤੇ ਜਿਹੜੇ ਕਰ ਰਹੇ ਆ ਪਤਾ ਨਹੀਂ, ਜਾਂ ਤਾਂ ਫਿਰ ਉਹਨਾਂ ਦੇ ਗਾਣਿਆਂ ਦਾ ਮਤਲਬ ਹੀ ਇੱਦਾਂ ਦਾ ਹੋਵੇਗਾ, ਜਾਂ ਤਾਂ ਉਹਨਾਂ ਨੂੰ ਡਰ ਹੋਊਗਾ ਲੋਕਾਂ ਤੋਂ, ਕਿਉਂਕਿ ਕਲਾਕਾਰ ਲੋਕ ਗਾਇਕ ਕਹਿੰਦੇ ਜਿਹਨਾਂ ਨੂੰ, ਲੋਕਾਂ ਦੇ ਬਣਾਏ ਹੋਏ ਕਲਾਕਾਰ ਆ, ਅਤੇ ਜੇ ਮੈਂ ਚਾਰ ਬਾਊਂਸਰ ਰੱਖ ਕੇ ਲੋਕਾਂ ਨੂੰ ਧੱਕੇ ਮਾਰੀ ਜਾਈਏ ਚੰਗੀ ਗੱਲ ਨਹੀਂ, ਜੇ ਕੋਈ ਰੱਖਦਾ ਵੀ ਹੈ ਉਹਦਾ ਆਪਣਾ ਸੁਭਾਅ ਹੋਵੇਗਾ, ਅਤੇ ਪਰ ਮੈਨੂੰ ਨਹੀਂ ਲੱਗਦਾ ਕਿ ਬਾਊਂਸਰ ਰੱਖਣ ਦੀ ਲੋੜ ਆ। ਵੀ ਦੇਖੋ, ਮੈਂ ਅੱਜ ਤੱਕ ਮਾਨ ਸਾਹਿਬ
ਗੁਰਦਾਸ ਮਾਨ ਜੀ ਪੰਜਾਬੀਆਂ ਦੇ ਸਰਮੌਰ ਗਾਇਕ ਨੇ ਜੀ। ਮੈਂ ਅੱਜ ਤੱਕ ਉਹਨਾਂ ਨਾਲ ਕਦੇ ਵੀ ਕੋਈ ਬਾਉਂਸਰ ਨਹੀਂ ਵੇਖਿਆ, ਕਿਉਂਕਿ ਮਾਨ ਸਾਹਿਬ ਨਾਲੋਂ ਵੱਡਾ ਤਾਂ ਕੋਈ ਕਲਾਕਾਰ ਨਹੀਂ ਹੈ ਨਾ। ਅਤੇ ਬਹੁਤ, ਜੇ ਮੈਂ ਨਾਂ ਲਵਾਂ, ਬਹੁਤ ਸਿੰਗਰ ਨੇ ਜਿਹੜੇ ਕਦੀ ਬਾਉਂਸਰ ਨਹੀਂ ਰੱਖਦੇ। ਗਾਣਾ ਹੀ ਇੱਦਾਂ ਦਾ ਹੋਣਾ ਚਾਹੀਦਾ ਕਿ ਬਾਉਂਸਰਾਂ ਦੀ ਲੋੜ ਹੀ ਨਾ ਪਵੇ, ਅਤੇ ਜੇ ਕੋਈ ਗਲਤ ਗਾ ਰਿਹਾ ਉਹ ਉਹਦਾ ਖਮਿਆਜ਼ਾ ਉਹਨੂੰ ਭੁਗਤਣਾ ਪਵੇਗਾ, ਕਿਉਂਕਿ ਇਹੋ ਜਿਹੀ ਗਾਇਕੀ ਨਹੀਂ ਗਾਉਣੀ ਚਾਹੀਦੀ ਜਿਸ ਗਾਇਕੀ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਏ, ਪੰਜਾਬ ਜਾਂ ਪੰਜਾਬੀ ਜਿਹੜੀ ਸਾਡਾ ਅਮੀਰ ਸੱਭਿਆਚਾਰ ਆ ਉਹਨੂੰ ਘਾਟਾ ਹੋਵੇ। ਇਹ ਹਰੇਕ ਕਲਾਕਾਰ ਦੀ ਡਿਊਟੀ ਹੈ, ਉਹਦਾ ਫਰਜ਼ ਹੈ, ਉਹਨੂੰ ਚਾਹੀਦਾ ਕਿ ਇਹੋ ਜਿਹੀਆਂ ਗੱਲਾਂ ਤੋਂ ਥੋੜ੍ਹਾ ਦੂਰ ਰਹੇ ਤਾਂ ਚੰਗੀ ਗੱਲ ਆ। ਬਾਕੀ ਹਰੇਕ ਦੀ ਆਪੋ ਆਪਣੀ ਲਾਈਫ ਆ, ਕਈਆਂ ਨੂੰ ਲੱਗ ਰਿਹਾ ਕਿ ਸ਼ਾਇਦ ਇਸ ਤਰ੍ਹਾਂ ਗਾਉਣ ਨਾਲ ਉਹਨਾਂ ਦਾ ਰੋਜ਼ੀ ਰੋਟੀ ਵਧੀਆ ਚੱਲ ਸਕਦਾ, ਪਰ ਉਹ ਗਲਤ ਹੈ। ਜੇ ਬੰਦਾ ਸੋਬਰ ਅਤੇ ਸੱਭਿਆਚਾਰ ਗਾਈ ਜਾਵੇ ਸ਼ਾਇਦ ਲੰਬਾ ਸਮਾਂ ਉਹ ਪੰਜਾਬੀ ਗਾਇਕੀ ਦੇ ਵਿੱਚ ਰਾਜ ਕਰ ਸਕਦਾ। ਵੈਸੇ ਦੱਸਦਿਆਂ ਚਾਹਾਂਗੀ ਕਿ ਜਦੋਂ ਵੀ ਬਲਰਾਜ ਦੇ ਗੀਤ ਆਉਂਦੇ ਨੇ ਬਹੁਤ ਹੀ ਬਾਕਮਾਲ ਹੁੰਦੇ ਨੇ, ਅਰਥ ਭਰਪੂਰ ਹੁੰਦੇ ਨੇ। ਜਿੰਨੇ ਵੀ ਤੁਹਾਡੇ ਗੀਤ ਆਏ ਨਾ, ਵੀਡੀਓ ਬਾਕਮਾਲ ਹੁੰਦੀਆਂ ਨੇ, ਬੜਾ ਸੋਹਣਾ ਸਸਪੈਂਸ ਹੁੰਦਾ ਉਹਨਾਂ ਦੇ ਵਿੱਚ। ਜੇ ਆਸ਼ਕੀ ਦੀ ਗੱਲ ਕੀਤੀ ਜਾਵੇ, ਕਿੰਨਾ ਪਿਆਰ ਦੀ ਗੱਲ ਕੀਤੀ ਜਾਵੇ, ਇੱਕ ਤੁਹਾਡਾ ਗੀਤ ਸੀਗਾ ਇਸ਼ਕਬਾਜ਼ੀਆਂ, ਉਹਦੀ ਜਿਹੜੀ ਐਂਡਿੰਗ ਸੀਗੀ ਬਹੁਤ ਖੂਬਸੂਰਤ ਸੀ, ਬਹੁਤ ਵਧੀਆ ਸੀਗਾ। ਫਿਰ ਕਨਸੈਪਟ ਕਿੱਦਾਂ ਆਉਂਦੇ ਮਨ ਵਿੱਚ? ਕਨਸੈਪਟ ਤਾਂ ਜੀ ਆਲਮੋਸਟਲੀ ਜਿੰਨੇ ਵੀ ਸਾਰੇ ਵੀਡੀਓ ਡਾਇਰੈਕਟਰ ਹੀ ਚੂਜ਼ ਕਰਦੇ ਆ। ਮੈਂ ਅੱਜ ਤੱਕ ਕਦੀ, ਮੈਨੂੰ ਤਾਂ ਇਹ ਹੁੰਦਾ ਕਿ ਮੈਂ ਗਾ ਲਵਾਂ, ਕਿਉਂਕਿ ਸਾਡੀ ਟੀਮ ਸਿੰਘ ਜੀਤ ਲਿਖਦਾ ਜੀ, ਗੁਰੀ ਬਾਈ ਮਿਊਜ਼ਿਕ ਕਰਦਾ, ਮੈਂ ਗਾ ਕੇ ਦੇਖ ਲੈਣਾ, ਅਤੇ ਨਰੇਸ਼ ਭਾਅ ਜੀ ਆ ਸਾਡੇ ਪ੍ਰੈਜੈਂਟ ਕਰਦੇ ਆ। ਪਰ ਇਹ ਆ ਵੀ ਮੈਂ ਕਦੀ ਕਿਸੇ ਦੇ ਕੰਮ 'ਚ ਨਹੀਂ ਬੋਲਿਆ, ਮੈਂ ਗਾਉਣ ਤੱਕ ਸੀਮਤ ਰਹਿੰਦਾ। ਵੀਡੀਓ ਡਾਇਰੈਕਟਰ ਨੂੰ ਉੱਤੇ ਕੋਈ ਪਾਬੰਦੀ ਨਹੀਂ ਮੈਂ ਲਾਈ ਕਦੇ ਵੀ, ਵੀ ਤੂੰ ਇੱਦਾਂ ਨਹੀਂ ਕਰ, ਇੱਦਾਂ ਨਹੀਂ ਕਰ, ਉਹਨੂੰ ਇਹ ਕਹੀਦਾ ਵੀ ਗਾਣੇ ਨਾਲ ਇਨਸਾਫ ਕਰ ਦੇ, ਉਹ ਕੁਦਰਤੀ ਮਾਲਕ ਵੱਲੋਂ ਸਾਰਾ ਵਧੀਆ ਹੋ ਜਾਏ ਜੀ। ਤਾਂ ਮੇਰੀ ਆਸ਼ਕੀ ਜਿਹੜਾ ਗੀਤ ਇੱਕ ਵਾਰ ਜ਼ਰੂਰ ਹੋ ਜਾਏ। ਹਾਂਜੀ ਬਿਲਕੁਲ ਜੀ। ਹੋ ਮੈਂ ਤਾਂ ਪਾਗਲ ਹਾਂ ਤੇਰੇ ਲਈ, ਰੋਊਂਗਾ ਈ ਕਿ ਛੱਡਣਾ, ਤੇਰੇ ਬਿਨਾਂ ਰਿਹਾ ਜਾਣਾ ਨਹੀਂ, ਉਹ ਜ਼ਿੰਦਗੀ ਚੋਂ ਮੈਨੂੰ ਕੱਢਣਾ, ਉਹ ਤੈਨੂੰ ਪਤਾ ਵੀ ਨਹੀਂ ਹੋਣਾ ਮੈਨੂੰ ਲੋੜ ਤੇਰੀ ਕਿੰਨੀ, ਬਸ ਕਹਿ ਲੈ ਲੋੜ ਮਰੇ ਪੈ ਨੂੰ ਸਾਹਾਂ ਦੀ ਏ ਜਿੰਨੀ, ਤੇਰੀ ਖੁਸ਼ੀ ਮੂਰੇ ਆ ਕੇ ਸਭ ਹਰਦਾ, ਜਿੱਦ ਰੋਬ ਕੋਈ ਨਾ ਤਰਲਾ ਪਿਆਰ ਦਾ, ਦੇਖ ਲੈ ਜੇ ਸਰਦਾ, ਉਹ ਹੰਝੂਆਂ ਤੇ ਜਾਨ ਉਹੀ ਕਰ ਸੱਜਣਾ, ਜੋ ਦਿਲ ਤੇਰਾ ਕਰਦਾ। ਵਾਹ ਜੀ ਵਾਹ, ਕਿਆ ਬਾਤ ਹੈ। ਵੈਸੇ ਬਲਰਾਜ ਜੀ, ਗੱਲ ਕੀਤੀ ਜਾਵੇ ਤੁਹਾਡੇ ਸੁਰ ਦੀ ਆਵਾਜ਼ ਦੀ, ਹੈ ਨਾ, ਕਈ ਜਿਹੜੇ ਸਿੰਗਰ ਹੁੰਦੇ ਜੋ ਸਟੇਜ 'ਤੇ ਗਾਉਂਦੇ ਨਾ ਗਲੇ ਬੈਠ ਜਾਂਦੇ ਨੇ, ਪਰ ਜਿੱਦਾਂ ਮੈਂ ਤੁਹਾਨੂੰ ਹੁਣੇ ਲਾਈਵ ਗਾਉਣ ਲਈ ਕਹਿ ਦਿੱਤਾ, ਤਾਂ ਸਾਡਾ ਸੁਰ ਵੀ ਉਹ ਸੀ, ਹਰ ਇੱਕ ਚੀਜ਼ ਉੱਦਾਂ ਸੀ, ਪਰ ਜਿਹੜੇ ਅੱਜ ਦੇ ਜਿਹੜੇ ਗੀਤਕਾਰ ਹੁੰਦੇ ਜਦੋਂ ਲਾਈਵ ਸਟੇਜ 'ਤੇ ਗਾਉਣਾ ਪੈ ਜਾਂਦਾ ਆ, ਤਾਂ ਮਤਲਬ ਮੈਂ ਕਹਿ ਦੇਵਾਂ ਕਿ ਉਹ ਠਹਿਰ ਜਾਂਦੇ ਨੇ। ਪ੍ਰੋਬਲਮ ਥੋੜ੍ਹੀ ਜਿਹੀ ਹੋ ਜਾਂਦੀ ਹੈ ਕਿ ਪ੍ਰੈਕਟਿਸ ਦੀ ਹੈ। ਹੁਣ ਅਸੀਂ, ਸਾਡਾ ਲਗਾਤਾਰ ਪ੍ਰੋਗਰਾਮ ਹੈ ਜੀ, ਕਿਉਂਕਿ ਅੱਜ ਵੀ ਅਸੀਂ ਇੱਥੋਂ ਤੁਹਾਡੀ ਇੰਟਰਵਿਊ ਤੋਂ ਬਾਅਦ ਪ੍ਰੋਗਰਾਮ 'ਤੇ ਜਾਣਾ ਜੀ, ਕੱਲ੍ਹ ਵੀ ਲਾ ਕੇ ਆਏ, ਦੋ ਦੋ ਤਿੰਨ ਤਿੰਨ ਪ੍ਰੋਗਰਾਮ ਹੈ, ਕਿਉਂਕਿ ਬੇਸਿਕਲੀ ਪੁਰਾਣਾ ਕਹਿ ਲਓ ਕਿ ਰਿਆਜ਼ ਕੀਤਾ, ਉਹ ਰਿਆਜ਼ ਮੈਨੂੰ ਯਾਦ ਹੈ ਕਿ ਜਦੋਂ ਮੈਂ ਹੁਜਾ ਸਾਹਿਬ ਕੋਲ ਸੀ, ਉਹ ਮੈਨੂੰ ਡੇਲੀ ਕਹਿੰਦੇ ਹੁੰਦੇ ਸੀ ਵੀ ਤੈਂ 4 ਤੋਂ 5 ਘੰਟੇ ਗਾਉਣਾ ਜੀ, ਅਤੇ ਮੈਨੂੰ ਲੱਗਦਾ ਹੁੰਦਾ ਸੀ ਕਈ ਵਾਰੀ ਯਾਰ ਕਿਉਂ ਮੇਰੇ ਤੋਂ ਗਵਾਈ ਜਾਂਦੇ ਇੰਨਾ, ਕੀ ਲੋੜ ਹੈ ਇੰਨਾ, ਮੈਂ ਗਾਣਾ ਤਾਂ 5 ਮਿੰਟ ਦਾ 3 ਮਿੰਟ ਦਾ ਗਾਉਣਾ, ਪਰ ਉਹ ਅੱਜ ਪਤਾ ਲੱਗਦਾ ਕਿਉਂ ਗਵਾਉਂਦੇ ਸੀ ਉਹ। ਰਿਆਜ਼ ਦੀ ਜਿਹੜੀ ਨੀਂਹ ਆ, ਜੇ ਉਹੀ ਕਮਜ਼ੋਰ ਹੋਈ ਤਾਂ ਫਿਰ ਉੱਤੇ ਜਾ ਕੇ ਕੀ ਕਰਾਂਗੇ ਅਸੀਂ। ਇਸ ਲਈ, ਕਿਉਂਕਿ ਜਿਹਨੇ ਸਾਨੂੰ ਪ੍ਰੋਗਰਾਮ ਦੇਣਾ ਉਹਨੇ 2 ਘੰਟੇ ਸੁਣਨਾ ਵੀ ਆ, ਜੇ ਅਸੀਂ ਗਾ ਹੀ ਨਾ ਸਕੀਏ ਤਾਂ ਫਿਰ
ਸਾਡਾ ਅਗਲੇ ਨੂੰ ਸੱਦਿਆ ਸੀ, ਉਹਨਾਂ ਦਾ ਹੱਕ ਨਹੀਂ ਮੋੜ ਸਕਦੇ, ਫਿਰ ਗਲਤ ਗੱਲ ਆ ਸਾਡੇ ਲਈ ਵੀ। ਸੋ ਇਹ ਰਿਆਜ਼ ਜ਼ਰੂਰੀ ਹੈ ਅਤੇ ਰਿਆਜ਼ ਨਾਲ ਹੀ ਆਵਾਜ਼ ਬਣਦੀ ਹੈ ਅਤੇ ਰਿਆਜ਼ ਨਾਲ ਹੀ ਇਹ ਸਾਰਾ ਜਿਹੜਾ ਗਲੇ ਦਾ, ਬਾਕੀ ਇਹ ਹੈ ਮਾਲਕ ਦੀ, ਸਟੇਜ ਕਿਸੇ ਦੀ ਨਹੀਂ ਹੈ, ਗਲਾ ਇਹ ਕਿਸੇ ਦਾ ਨਹੀਂ ਹੈ, ਸਭ ਮਾਲਕ ਦੀ ਦੇਣ ਹੈ। ਇਹ 'ਤੇ ਮਾਣ ਕੋਈ ਨਹੀਂ ਹੈ ਭਈ, ਅੱਜ ਜੇ ਵਧੀਆ ਚੱਲਦਾ ਇਹ ਵੀ ਉਹਦੀ ਮੌਜ ਹੈ, ਜੇ ਖਰਾਬ ਵੀ ਹੋ ਗਿਆ ਇਹ ਵੀ ਉਹਦੀ ਮੌਜ ਹੈ, ਉਹਦੀ ਮੌਜ 'ਚ ਰਹਿਣਾ ਚਾਹੀਦਾ। ਬਿਲਕੁਲ ਜੀ। ਅਤੇ ਗੱਲ ਕਰਦੇ ਹਾਂ ਗੀਤਕਾਰ ਦੀ, ਅੱਜ ਕੱਲ੍ਹ ਪਰਿਭਾਸ਼ਾ ਹੀ ਬਦਲਦੀ ਜਾਂਦੀ ਹੈ, ਬਹੁਤ ਸਾਰੇ ਗੀਤ ਨੇ ਸੁਣ ਦਿਲ ਨਹੀਂ ਕਰਦਾ। ਇਹ ਬਹੁਤ ਵੱਡੀ ਜੀ ਚਿੰਤਾ ਦਾ ਵਿਸ਼ਾ। ਗਾਣੇ ਤੁਸੀਂ ਅੱਜ ਤੋਂ ਪਿਛਲੇ ਥੋੜ੍ਹੇ ਸਮਾਂ ਸਾਲ ਪਹਿਲਾਂ ਦੀ ਗੱਲ ਕਰ ਲਈਏ, ਅੱਜ ਕੱਲ੍ਹ ਗਾਇਕੀ ਦਾ ਅਤੇ ਗੀਤਕਾਰੀ ਦਾ ਜਿਹੜਾ ਮਿਆਰ ਹੈ ਬਹੁਤ ਥੱਲੇ ਨੂੰ ਡਿੱਗ ਰਿਹਾ, ਇੱਕ ਚਿੰਤਾ ਦਾ ਵਿਸ਼ਾ। ਪਤਾ ਨਹੀਂ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਕਿਹੜੇ ਪਾਸੇ ਨੂੰ ਇਹ ਪੰਜਾਬੀ ਗੀਤਕਾਰੀ ਜਾ ਰਹੀ ਹੈ ਜਾਂ ਗਾਇਕੀ ਜਾ ਰਹੀ ਹੈ। ਹਰ ਟਾਈਮ ਗੋਲੀਆਂ, ਗੜਾਸੇ, ਬੰਦੂਕਾਂ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ, ਪਰ ਇਹਦੇ ਲਈ ਦੋਸ਼ੀ ਅਸੀਂ ਸਾਰੇ ਹਾਂ। ਮੈਂ ਵੀ ਹਾਂ, ਤੁਸੀਂ ਵੀ ਹੋ, ਲਿਖਣ ਵਾਲੇ, ਸੁਣਨ ਵਾਲੇ। ਅਤੇ ਕਈ ਵਾਰੀ ਤਾਂ ਇੱਦਾਂ ਵੀ ਹੁੰਦਾ ਕਿ ਤੁਸੀਂ ਉਹਨਾਂ ਨੂੰ ਇੱਦਾਂ ਦੀਆਂ ਗਲਤ ਚੀਜ਼ਾਂ ਨੂੰ ਤੁਸੀਂ ਪ੍ਰਮੋਟ ਚੈਨਲ ਵਾਲੇ ਵੀ ਕਰਦੇ ਆ, ਪਰ ਉਹ ਗਲਤ ਹੈ। ਇਹ ਤਾਂ ਜ਼ਿਆਦਾ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ, ਨਾ ਫਿਰ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਗੱਲ ਕਰਦੇ ਹੋ ਫਿਰ ਸਾਰਿਆਂ ਨੂੰ ਆਪਣਾ ਜਿਹੜਾ ਉਹ ਸਮਝਣਾ ਚਾਹੀਦਾ ਕਿ ਅਸੀਂ, ਇਹ ਸਾਡਾ ਫਰਜ਼ ਹੈ ਵੀ ਅਸੀਂ ਗਲਤ ਗਾਇਕ ਨੂੰ ਪ੍ਰਮੋਟ ਨਹੀਂ ਕਰਨਾ, ਗਲਤ ਗੀਤ ਨੂੰ ਪ੍ਰਮੋਟ ਨਹੀਂ ਕਰਨਾ। ਚੈਨਲ 'ਤੇ ਨਾ ਚਲਾਓ ਜੀ, ਆਪੇ ਯੂਟਿਊਬ 'ਤੇ ਲੋਕ ਆਪੇ ਦੇਖ ਕੇ ਹਟ ਜਾਣਗੇ, ਜਦ ਪਤਾ ਵੀ ਕੋਈ ਟੀ ਵੀ ਚਲਾ ਹੀ ਨਹੀਂ ਰਿਹਾ। ਜਦ ਕਿਸੇ ਨੂੰ ਦੇਖਣ ਨੂੰ ਨਾ ਮਿਲੂਗਾ, ਆਪੇ ਲੋਕ ਦੁਖਣ ਨੂੰ ਹਟ ਜਾਣਗੇ। ਇਹ ਜ਼ਿੰਮੇਵਾਰ ਸਾਰੇ ਆ, ਜ਼ਿੰਮੇਵਾਰੀ ਸਾਰਿਆਂ ਨੂੰ ਸਮਝਣੀ ਪਊਗੀ। ਜੇ ਨਹੀਂ ਸਮਝਾਂਗੇ ਫਿਰ ਮੈਂ ਵੀ ਇੱਥੇ ਬੋਲ ਕੇ ਚਲ ਜਾਣਾ, ਤੁਸੀਂ ਵੀ ਹਟ ਜਾਣਾ। ਪਰ ਜਿੰਨਾ ਚਿਰ ਸਾਰੇ ਜ਼ਿੰਮੇਵਾਰੀ ਨਹੀਂ ਆਪਣੀ ਸਮਝਦੇ, ਉਨਾ ਚਿਰ ਇਹ ਗਲਤ ਗੱਲ ਹੈ। ਸਾਰਿਆਂ ਨੂੰ ਸਮਝਣੀ ਪਵੇਗੀ, ਤਦੇ ਇਹ ਠੀਕ ਹੋ ਸਕਦਾ, ਨਹੀਂ ਫਿਰ ਜਿੱਥੇ ਇੰਨਾ ਬੇੜਾ ਗਰਕ ਹੋ ਰਿਹਾ ਹੋਰ ਹੋ ਜਾਏਗਾ। ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ। ਬਿਲਕੁਲ, ਗੱਲ ਕੀਤੀ ਜਾਵੇ, ਛੋਟੇ ਛੋਟੇ ਜਿਹੜੇ ਬੱਚੇ ਵੀ ਉੱਠ ਕੇ ਕਲਾਕਾਰ ਬਣ ਰਹੇ ਨੇ, ਧਰਮਪ੍ਰੀਤ ਉਰਫ ਮੁੱਖ ਮੰਤਰੀ ਦੀ ਜੇਕਰ ਗੱਲ ਕੀਤੀ ਜਾਵੇ, ਹਰਮਨ ਚੀਮੇ ਦੀ ਗੱਲ ਕੀਤੀ ਜਾਵੇ, ਹੈ ਨਾ, ਵੈਸੇ ਜਿਹੜੇ ਬਹੁਤ ਵਧੀਆ ਸਿੰਗਰ ਆਉਂਦੇ ਆ ਉਹ ਬੈਕਫੁੱਟ ਹੋ ਰਹੇ ਨੇ, ਅਤੇ ਜਿਹੜੇ ਮਤਲਬ ਰਾਤੋ ਰਾਤ ਇੱਕ ਜੋ ਛੋਟੀ ਜਿਹੀ ਵੀਡੀਓ ਪਾ ਦਿੰਦੇ ਨੇ ਅਤੇ ਰਾਤੋ ਰਾਤ ਹਿੱਟ ਹੋ ਜਾਂਦੇ ਨੇ, ਮਿਲੀਅਨਸ ਵਿਊ ਆ ਜਾਂਦੇ ਨੇ, ਉਹਨਾਂ ਦਾ ਕੀ ਰੀਜ਼ਨ ਹੈ? ਦੇਖੋ, ਇਹ ਪੰਜਾਬ ਦੀ ਤ੍ਰਾਸਦੀ ਹੈ ਜੀ। ਮੈਂ ਅੱਜ ਵੀ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ। ਕਈ ਇੰਨੇ ਕੁ ਵਧੀਆ ਬੱਚੇ ਗਾਉਂਦੇ ਨੇ ਨਾ, ਇੰਨਾ ਕੁ ਵਧੀਆ ਗਾਉਂਦੇ ਨੇ, ਤੁਸੀਂ ਦੇਖਿਓ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ। ਗੱਲ ਕਰਦੀ ਹਾਂ, ਤੁਹਾਡਾ ਜਿਹੜਾ ਗੀਤ ਸੀ ਅੱਲੜ ਦੀ ਜਾਨ ਤੇ ਬਣੀ, ਪਾਕਿਸਤਾਨ ਦੇ ਇੱਕ ਛੋਟੇ ਜਿਹੇ ਬੱਚੇ ਨੇ ਗਾਇਆ ਸੀ। ਉਹ ਨਸੀਬੁਲ ਆਲ ਦਾ ਮੁੰਡਾ ਸੀ। ਅੱਛਾ, ਨਸੀਬੁਲ ਆਲ, ਨਸੀਬੁਲ ਆਲ ਬਹੁਤ ਪਿਆਰਾ ਸੀਗਾ। ਐਕਚੁਅਲੀ ਇੰਨਾ ਟੈਲੈਂਟ ਛੁਪਿਆ ਹੋਇਆ ਪੰਜਾਬੀ, ਬਹੁਤ ਠੀਕ ਆ। ਚੈਨਲਾਂ ਤੇ ਅੱਜ ਕੱਲ ਛੋਟੇ ਬੱਚਿਆਂ ਦੇ ਪ੍ਰੋਗਰਾਮ ਆ ਰਹੇ ਆ ਭਈ, ਉੱਥੋਂ ਸਿੰਗਰ ਨਿਕਲ ਕੇ ਆ ਰਿਹਾ। ਜੇ ਉਹ ਇੰਨਾ ਕੁ ਵਧੀਆ ਗਾਉਂਦੇ ਆ, ਉਹਨਾਂ ਨੂੰ ਅਸਲ 'ਚ ਮੌਕਾ ਨਹੀਂ ਮਿਲਦਾ। ਪਰ ਮਾੜੀ ਟ੍ਰਸਟੀ ਇਹ ਹੀ ਆ ਕਿ ਕਈ ਵਾਰੀ ਲੋਕਾਂ ਦਾ ਇੰਟਰਟੇਨਮੈਂਟ ਇੱਦਾਂ ਦੇ ਜਿਹੜਾ ਸ਼ੁਕਲ ਮੁਕਲ ਜਿਹੇ ਵਾਲਾ ਕੰਮ ਚੱਲਦਾ, ਇਹਦੇ ਨਾਲ ਹੁੰਦਾ, ਪਰ ਇਹ 2 ਦਿਨ ਦਾ ਹੀ ਹੁੰਦਾ। ਆਪ ਤਾਂ 10 ਦਿਨ ਦੀ ਗੇਮ ਆ, ਮਹੀਨੇ ਕੁ ਦੀ ਗੇਮ ਹੁੰਦੀ ਆ, ਲੋਕਾਂ ਲਈ ਇੰਟਰਟੇਨਮੈਂਟ ਬਣ ਜਾਂਦਾ। ਹੁਣ ਤੁਸੀਂ ਇਹ ਦੇਖੋ ਕਿ ਇੱਕ ਨੀ ਟੂਟੀ ਟੂ ਪੰਨੀ ਸ਼ਟਰਾਂ ਵਾਲਾ ਕੌਣ ਵਾਲਾ ਜੀ? ਪੰਜਾਬੀਆਂ ਨੂੰ ਤਾਂ ਇਹ ਸੋਚਣਾ ਚਾਹੀਦਾ ਕਿ ਉਹਨਾਂ ਨੂੰ ਇੰਟਰਟੇਨਮੈਂਟ ਦਾ ਬਹਾਨਾ ਮਿਲਿਆ, ਤੇ ਮੁੱਦੇ ਤਾਂ ਹੋਰ ਬਹੁਤ ਨੇ ਜੀ। ਜੇ ਆਪਾਂ ਆਪਣੀ ਸੋਚ ਨੂੰ ਇੱਕ ਟੀਟੂ ਸ਼ਟਰਾਂ ਵਾਲੇ ਤੱਕ ਹੀ ਸੀਮਤ ਕਰ ਲਈ, ਇਹ ਤਾਂ ਬਹੁਤ ਮਾੜੀ ਗੱਲ ਆ। ਪੰਜਾਬ ਦਾ ਤੁਸੀਂ ਇਹ ਦੇਖੋ ਨਾ, ਹਾਲਾਤ ਅੱਜ ਪੰਜਾਬ ਦੇ ਕੀ ਨੇ, ਪਾਣੀ ਦਾ ਲੈਵਲ ਕਿੱਥੇ ਥੱਲੇ ਜਾ ਰਿਹਾ, ਉਹਦੇ ਲਈ ਅਸੀਂ ਕੋਈ ਸੋਚ ਨਹੀਂ ਰਿਹਾ। ਦਰਿਆਵਾਂ ਦਾ ਪਾਣੀ ਗੰਧਲਾ ਹੋ ਰਿਹਾ, ਉਹਦੇ ਬਾਰੇ ਅਸੀਂ ਸੋਚ ਨਹੀਂ ਰਿਹਾ। ਜੇ ਟੀਟੂ ਸ਼ਟਰਾਂ ਵਾਲੇ ਨੂੰ ਹੀ ਪ੍ਰਮੋਟ ਕਰਨਾ ਤਾਂ ਫਿਰ ਸਾਨੂੰ ਕੋਈ ਹੱਕ ਨਹੀਂ ਹੈ।
ਐਵੇਂ ਦੇਸ਼ ਬਾਰੇ ਗੱਲਾਂ ਕਰੀ ਜਾਈਏ ਵੀ ਅੱਜ ਦੇਸ਼ ਇੱਥੇ ਚਲ ਗਿਆ, ਅੱਜ ਦੇਸ਼ ਇੱਥੇ ਚਲ ਗਿਆ, ਪਰ ਸਾਡੀ ਸੋਚ ਤਾਂ ਟੀਟੂ ਸ਼ਟਰਾਂ ਵਾਲੇ ਤੱਕ ਹੀ ਸੀਮਿਤ ਹੋਈ ਪਈ ਹੈ, ਨੀਟੂ ਸ਼ਟਰਾਂ ਵੱਲ, ਨੀਟੂ ਟੀਟੂ ਆਈ ਥਿੰਕ ਸੋ, ਪਤਾ ਨਹੀਂ ਜੋ ਵੀ ਆ ਜੀ ਜੀ ਜੀ, ਤੇ ਬਸ ਉਹ ਜੇ ਇਦਾਂ ਲੱਗ ਰਿਹਾ ਫਿਰ ਤਾਂ ਬਹੁਤ ਇਹ ਹਲਕੀ ਸੋਚ ਹੋ ਰਹੀ ਹੈ ਲੋਕਾਂ ਦੀ, ਜਿਹਨੂੰ ਨਾ ਬਦਲਿਆ ਤੇ ਇਹ ਘਾਤਕ ਹੈ, ਇਹਨਾਂ ਗੱਲਾਂ ਤੋਂ ਦੂਰ ਹੋਈਏ ਤੇ ਚੰਗੀ ਗੱਲ ਨਹੀਂ। ਫਿਰ ਤੁਸੀਂ ਹਰਮਨ ਚੀਮੇ ਦੀ ਗੱਲ ਕੀਤੀ ਆ, ਉਹ ਮੈਂ ਉਸ ਮੁੰਡੇ ਨੂੰ ਜਦੋਂ ਸ਼ੁਰੂਆਤ ਹੋਈ ਆ ਉਹਦੀ, ਮੇਰਾ ਮਿੱਤਰ ਹੀ ਸੀ ਮੁੰਡਾ ਇੰਦਰ ਪੰਡੂਰੀ ਜਿਹੜਾ ਗਾਣੇ ਲਿਖਦਾ, ਉਹਨੂੰ ਲੈ ਕੇ ਆਇਆ ਮੈਂ, ਉਹਨੂੰ ਕਿਹਾ ਇੰਦਰ ਇਸ ਮੁੰਡੇ ਨੂੰ ਤੁਸੀਂ ਖਰਾਬ ਨਾ ਕਰੋ। ਨਹੀਂ ਨਹੀਂ ਭਾਜੀ ਕੀ ਗੱਲ ਹੋਈ, ਮੈਂ ਕਿਹਾ ਖਰਾਬ ਨਾ ਕਰੋ, ਜਿਹੜਾ ਇਹ ਕੰਮ ਕਰਦਾ ਤੁਸੀਂ ਉਹ ਤੋਂ ਵੀ ਹਟਾ ਦੇਣਾ ਇਹਨੂੰ, ਤੇ ਉਹੀ ਗੱਲ ਹੋਈ, ਉਹਦਾ ਉਹ ਕੰਮ ਵੀ ਹਟ ਗਿਆ, ਅੱਜ ਲੋਕੋ ਦਾ ਗਾਣੇ ਵੀ ਹਟ ਗਿਆ, ਹੁਣ ਉਹਨੂੰ ਇਹ ਲੱਗ ਰਿਹਾ ਕਿ ਮੈਂ ਬਹੁਤ ਵੱਡਾ ਸਟਾਰ ਹਾਂ, ਮੈਂ ਹੋਰ ਕੋਈ ਕੰਮ ਕਰਨਾ ਨਹੀਂ, ਤੇ ਰੋਜ਼ੀ ਰੋਟੀ ਕਿੱਥੋਂ ਚੱਲੇਗੀ ਕਰਦੀ ਜੀ ਬਿਲਕੁਲ, ਤੇ ਉਹ ਤਾਂ ਕੋਈ ਸਿੰਗਰ ਤਾਂ ਉਹ ਹੈ ਨਹੀਂ ਵਿਚਾਰਾ ਵੀ 2 ਘੰਟੇ ਗਾ ਕੇ ਕਿਤੇ ਪਰਫਾਰਮ ਕਰਕੇ ਆਪਣੇ ਪੈਸੇ ਕਮਾ ਲਊਗਾ, ਹੈ ਨਾ, ਤੇ ਘਰਦਿਆਂ ਦਾ ਦੇਖੋ, ਉਹਦੇ ਪਰਿਵਾਰ ਦੇ ਵਿੱਚ ਉਹਦੇ ਮਾਂ ਬਾਪ ਹੋਣਗੇ, ਭੈਣ ਭਰਾ ਹੋਣਗੇ, ਮਾਂ ਬਾਪ ਨੂੰ ਕਈ ਆਸਾਂ ਹੁੰਦੀਆਂ ਕਿ ਸਾਡਾ ਬੱਚਾ ਤਰੱਕੀ ਕਰੇ, ਕੰਮ ਕਰੇ, ਮਿਹਨਤ ਕਰੇ, ਤੇ ਉਹ ਮਿਹਨਤ ਉਹਨੇ ਵਿਚਾਰੇ ਨੇ ਮਹੀਨੇ ਕੁ ਲਈ ਗਲਤ ਪਾਸੇ ਕਰ ਲਈ, ਉਹਨੂੰ ਇਹ ਲੱਗਣ ਡਿਆ ਕਿ ਮੈਂ ਬਹੁਤ ਵੱਡਾ ਸਟਾਰ ਹਾਂ, ਤੇ ਉਹ ਸਟਾਰ ਪੁਣਾ ਨਿਕਲ ਗਿਆ, ਅੱਜ ਦੇਖ ਲਓ ਕਿੱਥੇ ਵਿਹਲਾ ਬੈਠਾ ਹੋਵੇਗਾ, ਕਰਦਾ ਮੁੜ ਕੇ ਉਹੀ ਜਿਹੜਾ ਕੰਮ ਕਰਦਾ ਹੋਊਗਾ, ਕੰਮ ਉਹਨੂੰ ਇਹੀ ਕਰਨਾ ਪੈਣਾ। ਸੇਮ ਉਸ ਤੋਂ ਬਾਅਦ ਮੁੱਖ ਮੰਤਰੀ ਆਇਆ ਧਰਮਪ੍ਰੀਤ ਉਰਫ ਮੁੱਖ ਮੰਤਰੀ, ਇਹ ਵੀ ਉਹ ਵੀ ਵਿਚਾਰਾ ਬੱਚਾ, ਉਹਨੂੰ ਤਾਂ ਪਤਾ ਨਹੀਂ ਕਰਦਾ ਵਿਚਾਰੇ ਨੂੰ, ਉਹ ਕਈ ਵਾਰੀ ਬੱਚੇ ਦਾ ਮਜ਼ਾਕ ਉਡਾਉਣ ਲੱਗ ਪੈਂਦੇ ਲੋਕ, ਤੇ ਉਹ ਵਿਚਾਰਾ ਗੁਰੂ ਵਾਲਾ ਸੀ, ਕਿਸੇ ਨੇ ਉਹਦੇ ਕਕਾਰ ਲਾ ਤੇ ਉਹ ਵੀ ਮਾੜੀ ਗੱਲ ਆ, ਤੇ ਉਹ ਬੱਚਾ ਉਹਨੂੰ ਬੱਚੇ ਨੂੰ ਤਾਂ ਵਿਚਾਰੇ ਨੂੰ ਨਹੀਂ ਪਤਾ ਹੈ, ਤੇ ਇਹ ਲੋਕ ਜਿਹੜੇ ਹੁੰਦੇ ਆ ਉਹਨਾਂ ਦਾ ਲਾਹਾ ਲੈਂਦੇ ਆ ਜੀ ਜੀ, ਵੀ ਸ਼ਾਇਦ ਯੂਟਿਊਬ ਦੇ 4 ਕਲਿੱਕ ਵੱਧ ਲੱਗ ਜਾਣਗੇ ਤਾਂ ਸ਼ਾਇਦ ਹੋ ਜਾਊਗਾ, ਠੀਕ ਹੈ ਉਹਨਾਂ ਦਾ, ਤੁਸੀਂ ਉਹਦਾ ਸ਼ਾਇਦ ਕੋਈ ਘਰ ਵੀ ਬਣਾ ਕੇ ਦੇ ਰਿਹਾ, ਚਲੋ ਜੇ ਉਹਦੀ ਗਰੀਬੀ ਥੋੜ੍ਹੀ ਬਹੁਤੀ ਦੂਰ ਹੋਈ ਆ ਤੇ ਠੀਕ ਹੈ, ਮੈਂ ਤਾਂ ਚਾਹੁੰਦਾ ਕਿ ਉਹ ਦੁਬਾਰਾ ਆਪਣਾ ਗੁਰੂ ਮਹਾਰਾਜ ਦੇ ਲੜ ਲੱਗਾ ਰਹੇ ਤੇ ਉਹ ਹੋਰ ਤਰੱਕੀ ਕਰ ਸਕਦਾ, ਤੇ ਉਸ ਪਾਸੇ ਨੂੰ ਕਰੇ ਤਾਂ ਸ਼ਾਇਦ ਉਹ ਜ਼ਿਆਦਾ ਹੋ ਜਾਏਗਾ, ਤੇ ਲੋਕ ਵਰਤਣ ਲੱਗ ਪੈਂਦੇ ਆ ਇਹਨਾਂ ਨੂੰ ਜਿਹੜੇ ਇੱਦਾਂ ਉੱਠਦੇ ਆ। ਇੱਕੋ ਮੁੰਡਾ ਹੋਇਆ ਸੀ ਨਛੱਤਰ ਮਿਸਤਰੀ, ਪਤਾ ਨਹੀਂ ਕੌਣ, ਉਹ ਸਕੂਲ 'ਚ ਪੜ੍ਹਦਾ ਪੁੜਦਾ ਸੀ ਸ਼ਾਇਦ, ਜਦੋਂ ਇਸ ਪਾਸੇ ਆ ਖਰੇ ਬਾਅਦ 'ਚ ਫੇਲ ਹੋ ਗਿਆ ਕਲਾਸ 'ਚੋਂ ਵੀ, ਇਹ ਸਾਰੇ ਜਸਟ ਇੰਟਰਟੇਨਮੈਂਟ ਆ ਲੋਕਾਂ ਦਾ ਥੋੜ੍ਹੇ ਦਿਨਾਂ ਲਈ, ਹਾਸਾ ਨਹੀਂ ਕਹਿੰਦੇ ਲੋਕ, ਕਹਿੰਦੇ ਆ ਵੀ ਬਹੁਤ ਮਯੂਸ ਦੁਨੀਆਂ ਦੇ ਵਿੱਚ, ਥੋੜ੍ਹਾ ਜਿਹਾ ਕਿਸੇ ਨੂੰ ਹਸਾਉਣ ਦਾ ਕੰਮ ਕਰਦੇ ਆ ਬਸ, ਹੋਰ ਕੁਛ ਨਹੀਂ ਹੈ, ਬਾਕੀ ਗਾਉਣਾ ਬਹੁਤ ਦੂਰ ਦੀ ਗੱਲ ਹੈ ਜੀ। ਗਾਇਕੀ ਕਈ ਵਾਰੀ ਤਾਂ ਇੱਦਾਂ ਦੇ ਕਲਾਕਾਰ ਆਉਂਦੇ ਆ ਜਦੋਂ ਸੁਰ ਲਾਉਂਦੇ ਆ ਤੇ ਐਨ ਸਾਰੀ ਰੂਹ ਖੰਡਾ ਕੇ ਰੱਖ ਦਿੰਦੇ ਆ, ਤੇ ਕਈ ਵਾਰੀ ਹੁਣ ਤੁਸੀਂ ਦੇਖ ਲਓ ਵੀ ਪੁਰਾਣੇ ਆਰਟਿਸਟ ਜਿੰਨੇ ਸੀ, ਚਾਹੇ ਗੁਰਦਾਸ ਮਾਨ ਜੀ ਹੋਏ ਆ, ਮਨਮੋਹਨ ਵਾਰਸ ਭਾਜੀ ਹੋ ਰਹੀ ਆ, ਹੰਸ ਭਾਜੀ ਆ, ਸਰਦੂਲ ਭਾਜੀ ਆ, ਬੱਬੂ ਮਾਨ ਜੀ ਆ, ਸਾਰੇ ਜਿੰਨੇ ਵੀ ਆ ਉਹ ਅੱਜ ਵੀ 2-2, 3-3 ਘੰਟੇ ਪ੍ਰੋਗਰਾਮ ਲਾਉਂਦੇ ਆ ਜੀ ਬਿਲਕੁਲ, ਤੇ ਇਹ ਹੁਣ ਵਿਚਾਰਿਆਂ ਨੂੰ ਤਾਂ ਜੇ ਕਹੋ ਵੀ ਲਾਓ ਤਾਂ 2 ਗਾਣੇ ਇੱਦਾਂ ਦੀ ਗਰਮੀ 'ਚ ਗਾ ਕੇ ਇਹਨਾਂ ਤੋਂ ਗਾਏ ਨਹੀਂ ਜਾਣੇ, ਤੇ ਇਹ ਕੰਮ ਉਹਨਾਂ ਦੇ ਚੱਲਣਾ ਜਿਹਨਾਂ ਨੇ ਗਾਇਆ, ਮਿਹਨਤ ਕੀਤੀ ਹੈ, ਉਹ ਲੰਬਾ ਸਮਾਂ ਰਾਜ ਕਰਨਗੇ, ਨਹੀਂ ਤਾਂ 2 ਦਿਨ ਵਾਲੇ ਬਹੁਤ ਆਉਂਦੇ ਆ, ਇਹਦੇ ਨਿਕਲ ਜਾਣਗੇ। ਤੁਸੀਂ ਯੂਟਿਊਬ 'ਤੇ ਕਲਿੱਕ ਦੀ ਗੱਲ ਕੀਤੀ ਸੀ ਜੀ, ਗਾਣੇ ਜਦੋਂ ਆਉਂਦੇ ਆ ਤਾਂ ਯੂਟਿਊਬ 'ਤੇ ਆਈ ਥਿੰਕ 2 ਦਿਨਾਂ ਦੇ ਵਿੱਚ ਮਿਲੀਅਨਸ ਦੇ ਵਿਊ ਹੋ ਜਾਂਦੇ, ਕਿਉਂ ਫੇਕ ਵਿਊਜ਼ ਹੁੰਦੇ ਨੇ? ਦੇਖੋ ਕਈ ਨੇ ਇਹਦੇ ਵਿੱਚ ਫੇਕ ਵੀ ਨੇ, ਇੱਕ ਗੂਗਲ 'ਤੇ ਐਡ ਲੱਗਦੀ ਆ ਭਈ, ਦੇਖੋ ਜਦੋਂ ਵੀ ਕੋਈ ਗਾਣਾ ਆਉਂਦਾ ਗਾਣੇ ਦੇ ਲਈ ਟੀਵੀ 'ਤੇ ਪ੍ਰੋਮੋ ਦਿੱਤਾ ਜਾਂਦਾ, ਗਾਣਾ ਚਲਾਇਆ ਜਾਂਦਾ ਤਾਂ ਜੋ ਲੋਕਾਂ ਤੱਕ ਗਾਣਾ ਪਹੁੰਚੇ, ਇਸੇ ਤਰ੍ਹਾਂ ਯੂਟਿਊਬ 'ਤੇ ਐਡ ਲੱਗਦੀ ਆ ਭਈ ਜਿੱਥੇ ਸਾਡਾ ਗਾਣਾ ਖੁੱਲ੍ਹੇ ਸਾਡਾ ਗਾਣਾ ਮੋਹਰੇ ਆਵੇ,
ਤਾਂ ਉਹਦੇ ਵਿੱਚ ਫੇਕ ਵੀ ਨੇ, ਹਰੇਕ ਚੀਜ਼ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਤਾਂ ਹੈ ਹੀ ਆ। ਅਤੇ ਜਿਹੜੀ ਐਡਵਰਡ ਦੇ ਥਰੂ ਗੂਗਲ 'ਤੇ ਐਡ ਲਾ ਕੇ ਤੁਹਾਡਾ ਗਾਣਾ ਪ੍ਰਮੋਟ ਕਰ ਲਈ, ਅੱਜ ਦੇ ਸਮੇਂ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਯੂਟਿਊਬ ਦਾ ਯੁੱਗ ਆ ਗਿਆ ਹੁਣ। ਅੱਗੇ ਤਾਂ ਕੈਸਟ ਸੀਡੀ ਵਿਕਦੀ ਸੀ, ਹੁਣ ਤਾਂ ਵਿਕਦੀ ਨਹੀਂ, ਸਿਰਫ ਇੱਕ ਯੂਟਿਊਬ ਸਾਧਨ ਰਹਿ ਗਿਆ, ਆਈਟਿਊਨਸ ਰਹਿ ਗਿਆ ਜਾਂ ਜਿਹੜੀਆਂ ਹੋਰ ਸਾਈਟਸ 'ਤੇ ਉੱਤੋਂ ਪੈਸੇ ਆਉਂਦੇ। ਅਦਰਵਾਈਜ਼ ਤਾਂ ਰਿਕਵਰੀ ਲਈ ਤਾਂ ਬਿਲਕੁਲ ਖਤਮ ਆ ਗਿਆ, ਨਹੀਂ ਤਾਂ ਲੱਖਾਂ ਸੀਡੀ ਬਣਦੀ, ਲੱਖਾਂ ਕੈਸਟਾਂ ਬਣਦੀਆਂ ਸੀ, ਸਾਰਾ ਕੁਛ ਫਿਨਿਸ਼ ਆ। ਹੁਣ ਤਾਂ ਇੱਕ ਮੋਬਾਈਲ ਆ, ਉਹਦੇ ਵਿੱਚ ਸਾਰਾ ਕੁਛ ਕੈਦ ਆ, ਅਤੇ ਕਈ ਉਹਦਾ ਫੇਕ ਦਾ ਸਹਾਰਾ ਲੈਂਦੇ ਆ, ਕਈ ਜਿਹੜੇ ਜੈਨੂਅਨ ਆਉਂਦੇ ਆ। ਮੇਰਾ ਗਾਣਾ ਅੱਜ ਵੀ ਜਾਣ 'ਤੇ ਬਣੀ, ਮੈਂ ਦੇਖਦਾ ਹੁੰਦਾ ਕਿ ਉਹ ਡੇਲੀ 70-80 ਹਜ਼ਾਰ ਦੀ ਅੱਜ ਵੀ ਉਹਦੀ ਰੀਚ ਆ, ਗਾਣੇ ਨੂੰ ਆਏ ਨੂੰ ਵੀ 1.5 ਸਾਲ ਹੋ ਗਏ ਤੁਹਾਡੇ ਗਾਣੇ ਦੇ, ਅਤੇ ਉਹ 60-70 ਮਿਲੀਅਨ ਦੇ ਇਲਾਕੇ ਚਲੇ ਗਿਆ। ਤਾਂ ਮੈਂ ਹੁਣ ਕਈਆਂ 'ਤੇ ਇਹ ਵੀ ਕਹਿਣਾ ਕਿ ਉਹ ਵੀ ਫੇਕ ਆ, ਅਤੇ ਸਰ ਪਰ ਸਾਨੂੰ ਇਹ ਪਤਾ ਕਿ ਉਹ ਅੱਜ ਵੀ ਡੇਲੀ ਉਸੇ ਰੂਟੀਨ 'ਚ, ਅਸੀਂ ਕਿਸੇ ਵੀ ਪ੍ਰੋਗਰਾਮ 'ਤੇ ਜਾਂਦੇ ਹਾਂ ਡੇਲੀ 2-2 ਵਾਰੀ 3-3 ਵਾਰੀ ਗਾਣਾ ਸੁਣਦੇ ਹਾਂ। ਇੱਕ ਮੈਨੂੰ ਯਾਦ ਹੈ ਕਿ ਅਸੀਂ ਫਗਵਾੜੇ ਪ੍ਰੋਗਰਾਮ ਲਾ ਰਹੇ ਸੀ, ਫਗਵਾੜੇ ਪ੍ਰੋਗਰਾਮ ਦੇ ਉੱਤੇ ਉੱਥੇ ਉਹਨਾਂ ਨੇ ਕਹਿ ਦਿੱਤਾ ਕਿ 1 ਘੰਟਾ ਤੁਸੀਂ ਇਹੀ ਗਾਣਾ ਗਾਉਣਾ, ਹੋਰ ਕੋਈ ਗਾਣਾ ਨਹੀਂ ਗਾਉਣਾ। ਅਲਰਟ ਤੇ ਜਾਨ ਇਹੀ ਵਾਲਾ, ਉਹ ਕਹਿੰਦੇ ਹੋਰ ਕੋਈ ਨਹੀਂ ਸਾਣਾ ਸੁਣਨਾ ਸੀ, ਪਰ ਤੁਹਾਨੂੰ ਉਹਨਾਂ ਦੀ ਮੰਨਣੀ ਵੀ ਪੈਣੀ ਸੀ। ਹਾਂ, ਮੈਂ ਤਾਂ ਸੋਚਦਾ ਹੁੰਦਾ ਕਿ ਜਦੋਂ ਅਸੀਂ ਸਾਨੂੰ ਕੋਈ ਪ੍ਰੋਗਰਾਮ ਤੇ ਸਾਦਾ ਵੀ 2-2.5 ਘੰਟੇ ਆਪਾਂ ਉਹਨਾਂ ਦੇ ਗੁਲਾਮ ਆ, ਤੇ ਜੋ ਉਹ ਕਹਿ ਰਿਹਾ ਸਿਰ ਮੱਥੇ ਆ, ਸਾਨੂੰ ਚਾਹੀਦਾ ਆਪਾਂ ਸੁਣ ਲਈਦਾ ਉਹਨਾਂ ਦੀ ਗੱਲ ਬਾਤ। ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਇਹੀ ਸੁਣਾਉਣਾ, ਮੈਂ ਸੁਣਾਈ ਗਿਆ, ਗਾਉਣਾ ਹੀ ਆ, ਇਹ ਸੁਣ ਲਓ ਚਾਹੇ ਹੋਰ ਸੁਣ ਲਓ। ਸੋ ਥੈਂਕਸ ਆ ਜੀ, ਇਹਨਾਂ ਲੋਕਾਂ ਨੇ ਪਿਆਰ ਦਿੱਤਾ, ਸੋ ਇਹ ਪਿਆਰ ਦਾ ਦੇਣਾ ਦੇ ਨਹੀਂ ਸਕਦੇ ਜੀ ਆਪਾਂ। ਜੇ ਹੁਣ ਮੈਂ ਕਹਾਂ ਕਿ ਹੀ ਸੁਣਾ ਦਿਓ, ਫਿਰ ਸੁਣਾ ਦੋਗੇ? ਹਾਂ ਬਿਲਕੁਲ ਜੀ, ਹੁਣ ਅਸੀਂ ਤੁਹਾਡੇ ਗੁਲਾਮ। ਨਹੀਂ, ਤੁਸੀਂ ਆਪਣੇ ਚੈਨਲ ਦਾ ਕੀਮਤੀ ਸਮਾਂ ਦੇ ਰਹੇ ਹੋ, ਕਿਉਂਕਿ ਇਸ ਜਿਹੜੀ ਅੱਜ ਦੀ ਦੁਨੀਆ ਇਹ ਬੜੀ ਫਾਸਟ ਹੋ ਗਈ ਹੈ ਜੀ, ਅਤੇ ਇੱਥੇ ਅੱਜ ਕੱਲ੍ਹ ਕਿਸੇ ਕੋਲ ਟਾਈਮ ਨਹੀਂ ਆ, ਸਾਰੇ ਬਿਜ਼ੀ ਹੈ, ਅਤੇ ਇੰਨੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਤੁਸੀਂ ਆਪਣੇ ਚੈਨਲ ਲਈ ਸਾਨੂੰ ਸਮਾਂ ਦੇ ਰਹੇ ਹੋ, ਇਹ ਵੀ ਤੁਹਾਡਾ ਥੈਂਕਸ ਆ, ਅਤੇ ਤੁਹਾਡੇ ਲਈ ਇਹ ਗਾਣਾ ਮੈਂ ਜ਼ਰੂਰ ਸੁਣਾਵਾਂਗਾ ਜੀ। ਉਹ ਮੇਰੀ ਕੱਲੀ ਜਿੰਦ ਨੂੰ ਸਾਸੇ ਆਪੇ, ਉੱਤੋਂ ਵੇ ਸ਼ੱਕ ਕਰਦੇ ਮਾਪੇ, ਵੇ ਤੂੰ ਵੀ ਨਿੱਤ ਮਿਲਣ ਲਈ ਆਖੇ, ਮੈਂ ਦੁੱਖਾਂ 'ਚ ਛਣੀ ਬੇੜਿਆ, ਤੂੰ ਬੇੜਿਆ ਕਿਉਂ ਬੇੜਿਆ, ਤੂੰ ਅੜੀਆਂ ਤੇ ਅੜਿਆ, ਅੱਲੜ ਦੀ ਜਾਨ ਤੇ ਬਣੀ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ। ਇਸ ਤੋਂ ਗੱਲ ਕਰਨ ਦੇ ਬਾਅਦ ਪਾਲੀ ਗੀਤ ਦੀ ਜੀ, ਪਾਲੀ ਵੀ ਆਇਆ, ਬਹੁਤ ਪਿਆਰ ਦਿੱਤਾ ਲੋਕਾਂ ਨੇ, ਤੇ ਪਾਲੀ ਦੀ ਮੈਂ 2 ਲਾਈਨਾਂ ਜ਼ਰੂਰ। ਹਾਂ ਬਿਲਕੁਲ ਜੀ, ਉਹ ਮੇਰਾ ਮਿੱਤਰ ਹੈ ਜੀ, ਬਹੁਤ ਵਧੀਆ, ਲਵਲੀ ਨੂਰ ਸਾਹਿਬ ਜੀ, ਜਿਨ੍ਹਾਂ ਦਾ ਲਿਖਿਆ ਹੋਇਆ ਗਾਣਾ ਸੀ ਪਾਲੀ, ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਇਹ ਗੀਤ ਸੀ, ਬਿਲਕੁਲ ਉਹ ਤੁਹਾਡੀਆਂ 4 ਲਾਈਨਾਂ ਜ਼ਰੂਰ ਸਾਂਝੀਆਂ ਕਰਦੇ। ਹੋ ਮੇਰੇ ਪਿੰਡ ਦੇ ਮੋੜ ਤੇ ਟਾਲੀ ਸੀ, ਹੋਜੀ ਦੀ ਵਗਦੀ ਹਵਾ ਨਿਰਾਲੀ ਸੀ, ਇੱਕ ਕੁੜੀ ਯਾਰਾਂ ਤੇ ਮਰਦੀ ਸੀ, ਮਰ ਜਾਣੀ ਦਾ ਨਾਂ ਪਾਲੀ ਸੀ। ਉਹ ਮੇਰੇ ਪਿੰਡ ਦੇ ਮੋੜ ਤੇ ਟਾਲੀ ਸੀ, ਉਹ ਜੀ ਦੀ ਵਗਦੀ ਹਵਾ ਨਿਰਾਲੀ ਸੀ। ਹੋ ਜੀ ਜੀ ਬਿਲਕੁਲ, ਮੈਂ ਗੱਲ ਕਰਦੀ ਹਾਂ ਇਸ ਇੱਕ ਗਾਣੇ ਦੀ, ਜਿਹੜਾ ਤੁਹਾਡੇ ਬਹੁਤ ਸਾਰੇ ਗੀਤ ਜਿਹੜੇ ਆਏ ਨੇ, ਹੈ ਨਾ, ਲਗਾਤਾਰ ਬੈਕ ਟੂ ਬੈਕ ਆਏ, ਬਹੁਤ ਪਸੰਦ ਵੀ ਕੀਤੇ ਗਏ, ਹੈ ਨਾ, ਸਾਰੇ ਹੀ ਗਾਣੇ, ਅਤੇ ਜਦੋਂ ਤੁਸੀਂ ਸਟੇਜ 'ਤੇ ਜਾਂਦੇ ਹੋ ਬਹੁਤ ਤਾੜੀਆਂ ਵੱਜਦੀਆਂ ਨੇ, ਵਾਹੋ ਵਾਹੀ ਹੁੰਦੀ ਨੇ, ਹੈ ਨਾ। ਸੋ ਕੋਈ
ਤੁਸੀਂ ਵੈਸੇ ਦੱਸਿਆ ਵਾ ਕਿ ਹਾਂਜੀ ਕਿ ਅੱਲੜ ਅਤੇ ਜੀ ਜਾਨ ਅਤੇ ਬਣੇ ਜਿਹੜਾ ਗੀਤ ਸੀਗਾ ਉਹ ਅਕਸਰ ਹੀ ਲੋਕ ਥੜ ਤੋਂ ਜ਼ਿਆਦਾ ਸੁਣਦੇ ਨੇ, ਹੈ ਨਾ? ਸੋ ਇੱਕ ਸਟੇਜ ਦੀ ਕੋਈ ਯਾਦ ਸਾਂਝੀ ਕਰੋ ਸਾਡੇ ਨਾਲ, ਕੋਈ ਇੱਦਾਂ ਦਾ ਹੋਇਆ ਹੋਵੇ ਤੁਹਾਡੇ ਨਾਲ। ਸਟੇਜ 'ਤੇ ਤਾਂ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਰੋਜ਼ ਕੋਈ ਨਾ ਕੋਈ ਵਾਕਾ ਹੋ ਜਾਂਦਾ ਜੀ। ਅਤੇ ਥੋੜ੍ਹੇ ਦਿਨ ਪਹਿਲਾਂ ਸਾਡੀ ਸਟੇਜ ਸੀਗੀ ਜਿੱਦਾਂ ਦਸੂਹਾ ਮਕੇਰੀਆਂ ਵਾਲੀ ਸਾਈਡ, ਅਸੀਂ ਉੱਥੇ ਗਏ ਅਤੇ ਮੈਂ ਗਾ ਰਿਹਾ ਸੀ ਸਟੇਜ ਦੇ ਉੱਪਰ, ਅਤੇ ਇੱਕ ਬੱਚੀ 4-5 ਸਾਲ ਦੀ, ਉਹ 10-15 ਮਿੰਟ ਬਾਅਦ ਆਇਆ ਕਰੇ ਅਤੇ ਥੋੜ੍ਹੇ ਜਿਹੇ ਪੈਸੇ ਇੱਦਾਂ ਸਾਡੇ ਉੱਤੇ ਸੜ ਜਾ ਕਰੇ। ਦੋ ਤਿੰਨ ਚਾਰ ਵਾਰੀ ਆਈ ਅਤੇ ਮੈਂ ਬੜਾ ਸੋਚਿਆ, ਮੈਂ ਕਿਹਾ ਯਾਰ ਇਹ ਛੋਟਾ ਜਿਹਾ ਬੱਚਾ ਇਹ ਬਾਰ ਬਾਰ ਦੇ ਰਿਹਾ। ਉਹ ਫਿਰ ਆਈ ਅਤੇ ਮੈਂ ਉਹਨੂੰ ਰੋਕ ਲਿਆ, ਮੈਂ ਕਿਹਾ ਪੁੱਤ ਬਹਿ ਜਾ ਇੱਥੇ। ਮੈਂ ਉਹਨੂੰ ਆਪਣੇ ਕੋਲੋਂ ਮੈਂ ਉਹਨੂੰ ਪੈਸੇ ਦਿੱਤੇ, ਮੈਂ ਕਿਹਾ ਤੂੰ ਲੈ ਮੇਲਾ ਦੇਖ ਪੁੱਤ, ਤੂੰ ਕਾਹਦੇ ਇੰਨੇ ਪੈਸੇ ਦੇਈ ਜਾ ਰਿਹਾ। ਅਤੇ ਉਹਨੇ ਜਦੋਂ ਮੈਂ ਪੈਸੇ ਦਿੱਤੇ ਰੋਣ ਲੱਗ ਪਈ, ਬੜਾ ਰੋਈ। ਮੈਂ ਕਿਹਾ ਵੀ ਕਿਉਂ ਰੋਣ ਲੱਗ ਪਈ ਇਹ, ਹੈ ਨਾ, ਬੱਚੀ ਛੋਟੀ ਜਿਹੀ ਬੱਚੀ ਬਈ। ਉਹ ਰੋਂਦੀ ਰੋਂਦੀ ਆਪਣੇ ਉਹਨਾਂ ਦੇ ਦਾਦਾ ਜੀ ਸੀ ਕੋਲ, ਉਹਨਾਂ ਦੇ ਕੋਲ ਜਾ ਕੇ ਰੋਣ ਲੱਗ ਪਈ। ਮੈਂ ਪ੍ਰੋਗਰਾਮ ਰੋਕ ਲਿਆ, ਮੈਂ ਉਹਨੂੰ ਬੁਲਾਇਆ ਉੱਪਰ ਸਟੇਜ 'ਤੇ ਅਤੇ ਮੈਂ ਉਹਨੂੰ ਬਿਠਾ ਕੇ ਪਾਣੀ ਪਿਲਾਇਆ ਸੀ ਸਟੇਜ 'ਤੇ। ਫਿਰ ਉਹਨੂੰ ਅਸੀਂ ਪੁੱਛਿਆ, ਪੁੱਤ ਕੀ ਗੱਲ ਹੋਈ ਤੂੰ, ਤੈਨੂੰ ਮੈਨੂੰ ਇਹ ਲੱਗਾ ਕਿ ਮੈਂ ਸ਼ਾਇਦ ਉਹਨੂੰ ਪੈਸੇ ਦਿੱਤੇ ਇਸ ਕਰਕੇ ਰੋਕ ਪਈ। ਨਹੀਂ, ਐਕਚੁਲੀ ਮੈਂ ਉਹ ਗਾਣਾ ਗਾ ਰਿਹਾ ਸੀ, ਹੁੰਦਾ ਨਹੀਂ ਫਿਕਰ ਜਦੋਂ ਮਾਵਾਂ ਹੁੰਦੀਆਂ। ਅਤੇ ਉਹ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਉਸ ਬੱਚੀ ਦੇ ਫਾਦਰ ਦੀ ਵੀ ਡੈਥ ਹੋ ਗਈ ਅਤੇ ਉਹਦੇ ਮਦਰ ਵੀ ਉਹਨੂੰ ਛੱਡ ਕੇ ਚਲੀ ਗਈ। ਅਤੇ ਉਹ ਇਸ ਕਰਕੇ ਬਹੁਤ ਅਪਸੈਟ ਹੋਈ। ਮੇਰਾ ਉਸ ਦਿਨ ਬੜਾ ਉੱਥੇ ਭਾਵੁਕ ਹੋ ਗਿਆ ਕਿ ਫਿਰ ਅਸੀਂ ਹੁਣ ਉਹਦਾ, ਮੈਂ ਇੱਕ ਦਿਨ ਮੈਂ ਉਹਦਾ ਸਪੈਸ਼ਲ ਨੰਬਰ ਵੀ ਲੈ ਕੇ ਆਇਆ। ਮੈਂ ਹੁਣ ਫਿਰ ਮੈਂ ਕਿਹਾ ਜਿੱਦਣ ਇੱਕ ਦੋ ਵਾਰੀ ਜਾਊਂਗਾ ਮੈਂ ਤੈਨੂੰ, ਮੈਂ ਕਿਹਾ ਪੁੱਤ ਮੈਂ ਨਾ ਕਰਾਂਗਾ। ਅਤੇ ਕਈ ਵਾਰੀ ਇੱਦਾਂ ਦੇ ਵਾਕੇ ਹੋ ਜਾਂਦੇ ਆ। ਸੋ ਉਹ ਬੰਦਾ ਮੇਰਾ ਉਸ ਤੋਂ ਬਾਅਦ ਗਾਉਣ ਦਾ ਦਿਲ ਹੀ ਨਹੀਂ ਕੀਤਾ ਉੱਥੇ, ਅਤੇ ਰੂਹ ਜੀ ਕੰਬ ਉੱਠਦੀ। ਇੱਦਾਂ ਦੇ ਵਾਕੇ ਹੁੰਦੇ ਰਹਿੰਦੇ ਆ ਜਦੋਂ ਵੀ ਜਿੱਥੇ ਜਾਈਦਾ। ਸੋ ਇਹ ਵੀ ਉਹ ਮਾਲਕ ਦੇ ਰੰਗ ਆ ਜੀ, ਦੁਨੀਆਂ ਦੇ ਵਿੱਚ ਸਾਰੇ ਖੁਸ਼ੀ ਨਹੀਂ ਹੈਗੇ, ਕਈ ਦੁੱਖ ਵੀ ਬਹੁਤ ਹੈ, ਸੁੱਖ ਵੀ ਬਹੁਤ ਹੈ, ਪਰ ਇਹ ਜ਼ਿੰਦਗੀ ਦਾ ਹਿੱਸਾ, ਇੱਦਾਂ ਚੱਲਦਾ ਆ ਰਿਹਾ ਅਤੇ ਇੱਦਾਂ ਚੱਲਦਾ ਰਹਿਣਾ। ਸੋ ਇਹ ਵਾਲਾ ਮਾਮਲਾ ਗੀਤ ਸਾਨੂੰ ਵੀ ਜ਼ਰੂਰ ਸੁਣਾਓ। ਹਾਂ ਬਿਲਕੁਲ ਜੀ, ਇਹ ਗਾਣਾ ਕਿਉਂਕਿ ਮੈਂ ਆਪਣੀ ਸਟੇਜ ਦੀ ਸ਼ੁਰੂਆਤ ਇਸ ਗਾਣੇ ਤੋਂ ਕਰਿਆ ਕਰਦਾ ਜੀ। ਧੁੱਪਦਾ ਨਹੀਂ ਡਰ ਜਦੋਂ ਛਾਵਾਂ ਹੁੰਦੀਆਂ, ਧੁੱਪਦਾ ਨਹੀਂ ਡਰ ਜਦੋਂ ਛਾਵਾਂ ਹੁੰਦੀਆਂ, ਹੁੰਦਾ ਨਹੀਂ ਫਿਕਰ ਜਦੋਂ ਮਾਵਾਂ ਹੁੰਦੀਆਂ, ਹੁੰਦਾ ਨਹੀਂ ਫਿਕਰ ਜਦੋਂ ਮਾਵਾਂ ਹੁੰਦੀਆਂ, ਹੁੰਦਾ ਨਹੀਂ ਫਿਕਰ ਜਦੋਂ ਮਾਵਾਂ ਹੁੰਦੀਆਂ। ਬਿਲਕੁਲ ਜੀ, ਬਹੁਤ ਹੀ ਸਾਫ਼ ਸੁਥਰੀ ਗਾਇਕੀ ਤੁਹਾਡੀ, ਬਹੁਤ ਹੀ ਲੋਕ ਤੁਹਾਨੂੰ ਤਾਂ ਹੀ ਪਸੰਦ ਕਰਦੇ ਨੇ। ਵੈਸੇ ਬਲਰਾਜ ਨੇ ਕਦੇ ਸੋਚਿਆ ਨਹੀਂ ਕਿ ਮੈਂ ਵੀ ਤੜਕ ਭੜਕ ਵਾਲੇ ਹਥਿਆਰਾਂ ਵਾਲੇ ਗੀਤ ਗਾਵਾਂ? ਨਹੀਂ, ਮੈਂ ਕਦੇ ਸੋਚਿਆ ਨਹੀਂ ਅਤੇ ਨਾ ਹੀ ਮੈਂ ਗਾ ਸਕਦਾ ਜੀ, ਅਤੇ ਨਾ ਹੀ ਮੈਂ। ਕਈ ਵਾਰੀ ਕਹਿ ਦਿੰਦੇ ਆ ਪਿੰਡ 'ਚ ਹੀ ਮੁੰਡੇ ਕਹਿਣ ਲੱਗ ਪੈਂਦੇ, ਭਾਅ ਜੀ ਤੁਸੀਂ ਖੜਕੇ ਦੜਕੇ ਵਾਲਾ ਕਰੋ। ਮੈਂ ਕਹਿੰਦਾ ਉਹਨੂੰ ਖੜਕਾ ਦੜਕਾ ਤਾਂ ਉਹਦੇ ਬਥੇਰਾ ਹੁੰਦਾ ਰਹਿੰਦਾ ਸਾਰਾ ਦਿਨ, ਅਤੇ ਪੰਜਾਬ ਤਾਂ ਪਹਿਲਾਂ ਬਰੂਦ ਦੇ ਢੇਰ 'ਤੇ ਪਿਆ। ਹਲਕੀ ਜਿਹੀ ਤੀਲੀ ਲਾ ਦਿਓ ਇੱਥੇ ਦੰਗੇ ਹੋ ਜਾਂਦੇ, ਹਲਕੀ ਜਿਹੀ ਕੋਈ ਗੱਲ ਫੈਲਾ ਦਿਓ ਬਿਨਾਂ ਗੱਲ ਤੋਂ ਹੀ ਧਰਮ ਦੇ ਨਾਮ 'ਤੇ ਲੜਾਈ ਕਲੇਸ਼ ਇੱਦਾਂ ਦੇ ਹੋ ਜਾਂਦੇ ਆ ਬਈ। ਇਹ ਪੰਜਾਬ 5 ਦਰਿਆਵਾਂ ਦੀ ਧਰਤੀ, ਸੂਫੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ, ਜੇ ਇਸ ਧਰਤੀ ਦੇ ਉੱਤੇ ਗੋਲੀਆਂ ਬੰਦੂਕਾਂ ਗੜਾਸੇ ਚੱਲਦੇ ਰਹੇ ਫਿਰ ਤਾਂ ਬਹੁਤ ਮਾੜੀ ਗੱਲ ਆ। ਸੋ ਇਹਨਾਂ ਗੱਲਾਂ ਤੋਂ ਪਰਹੇਜ਼ ਹੀ ਕਰਨਾ ਚਾਹੀਦਾ। ਪੰਜਾਬੀ ਸੱਭਿਆਚਾਰ ਦੇ ਲਈ ਹੋਰ ਬਹੁਤ ਕੁਛ ਕਰਨ ਵਾਲਾ। ਮੈਂ ਅਸੀਂ ਕੁੜੀਆਂ ਦੇ ਹੱਕ ਦੇ ਵਿੱਚ 1-2 ਗਾਣੇ ਹੋਰ ਕਰ ਰਹੇ ਹਾਂ। ਮੈਨੂੰ ਪਤਾ ਮੈਨੂੰ ਕਮਰਸ਼ੀਅਲ ਉਹਨਾਂ ਗੀਤਾਂ ਦਾ ਕੋਈ ਫਾਇਦਾ ਨਹੀਂ ਹੋਣਾ, ਪਰ ਮੇਰਾ ਫਰਜ਼ ਹੈ ਪੰਜਾਬੀ ਬੋਲੀ ਲਈ ਵੀ, ਪੰਜਾਬੀ ਸੱਭਿਆਚਾਰ ਲਈ ਵੀ, ਅਤੇ ਉਹਦੇ ਲਈ ਕੁਛ ਨਾ ਕੁਛ ਕਰਦਾ ਰਹਾਂ। 1-2 ਗਾਣੇ ਹੈ ਜਿਹੜੇ ਅਸੀਂ ਜਲਦੀ ਉਹ ਵੀ ਰਿਲੀਜ਼ ਕਰਾਂਗੇ ਜੀ। ਬਿਲਕੁਲ ਜੀ, ਜਿੱਥੇ ਪਤਾ ਲੱਗਾ ਕਿ ਤੁਹਾਡੀ ਜਿਹੜੀ ਗਾਇਕੀ ਆ ਜਿੱਥੇ ਉਹ ਸਾਫ਼ ਸੁਥਰੀ, ਉੱਥੇ ਤੁਹਾਡੀ ਜਿਹੜੀ ਸੋਚ ਹੈ ਵੀ ਬਹੁਤ ਨੇਕ ਹੈ, ਅਤੇ ਸੋ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਆਖਰੀ ਸਵਾਲ ਹੈ ਕਿ ਸੋਸ਼ਲ ਮੀਡੀਆ ਨੇ ਕਦੇ ਤੁਹਾਨੂੰ ਪਰੇਸ਼ਾਨ ਕੀਤਾ? ਨਹੀਂ ਜੀ, ਮੈਂ ਦੇਖੋ
ਸੋਸ਼ਲ ਮੀਡੀਆ ਦੀ ਪ੍ਰੋਬਲਮ ਇੱਕੋ ਹੀ ਅੱਜ ਦੀ, ਮੈਂ ਹੁਣ ਅੱਜ ਤੁਹਾਡੇ ਚੈਨਲ 'ਤੇ ਵੀ ਆਇਆ, ਉਹ ਬਾਅਦ ਵਿੱਚ ਕਲਿੱਪ ਕੱਟ ਕੱਟ ਕੇ ਯੂਟਿਊਬ 'ਤੇ ਇੱਦਾਂ ਦੇ ਪੈ ਜਾਂਦੇ, ਬਲਰਾਜ ਨੇ ਜੀ ਫਲਾਨੇ ਨੂੰ ਠੋਕਤਾ, ਬਲਰਾਜ ਨੇ ਧਮਕਾਨੇ ਨੂੰ ਠੋਕਤਾ। ਮੈਂ ਤਾਂ ਕਦੀ ਕਿਸੇ ਨੂੰ ਨਹੀਂ ਠੋਕਿਆ ਜੀ, ਮੈਂ ਤਾਂ ਜੋ ਮੇਰੇ ਮਨ ਦਾ ਜੋ ਸੱਚੀ ਗੱਲ ਮੈਂ ਹੁਣ ਵੀ ਇੱਥੇ ਕਹਿ ਕੇ ਚੱਲਿਆ ਅਤੇ ਮੈਂ ਉਨੀ ਕੁ ਗੱਲ ਕਹਿ ਕੇ ਚੱਲਿਆ। ਅਤੇ ਬਾਕੀ ਆ ਵੀ ਪੰਜਾਬੀ ਗੀਤਕਾਰੀ ਨੂੰ ਗਾਇਕੀ ਨੂੰ ਬਚਾਉਣ ਦੇ ਲਈ ਤੁਹਾਡਾ ਚੈਨਲ ਦਾ ਅਦਾਰਾ ਤੁਹਾਡਾ ਬਹੁਤ ਵੱਡਾ, ਅਤੇ ਤੁਹਾਨੂੰ ਵੀ ਚਾਹੀਦਾ ਕਿ ਜਿੱਥੇ ਤੁਸੀਂ ਮੈਨੂੰ ਅੱਜ ਬੁਲਾਇਆ, ਹੋਰ ਬਹੁਤ ਅੱਛੇ ਅੱਛੇ ਫਨਕਾਰ ਨੇ ਜਿਨ੍ਹਾਂ ਦੀ ਪਹੁੰਚ ਨਹੀਂ ਹੈ ਕਿਸੇ ਚੈਨਲ ਤੱਕ ਜਾਣ ਦੀ, ਜਾਂ ਵੈਸੇ ਤੁਸੀਂ ਮੈਂ ਦੇਖਿਆ ਕਈ ਵਾਰੀ ਤੁਹਾਡੇ ਸਿਮਰਨ ਭਾਜੀ ਨੇ ਜਿਹੜੇ ਸਿਮਰਨਜੋਤ ਭਾਜੀ ਉਹ ਜਾਂਦੇ ਹੁੰਦੇ ਆ, ਮਿਰਜ਼ਾ ਸੰਗੋਵਾਲੀਆ ਸਾਹਿਬ ਦੀ ਇੱਕ ਵਾਰੀ ਕਰਕੇ ਆਏ ਸੀ, ਉਹ ਇੱਦਾਂ ਦੇ ਜਾ ਕੇ ਫਨਕਾਰਾਂ ਦੀ ਇੰਟਰਵਿਊ ਕਰਨੀ, ਮੈਨੂੰ ਮੈਂ ਉਹ ਸਪੈਸ਼ਲ ਦੇਖਦਾ ਹੁਣ। ਉਹ ਮਿਰਜ਼ਾ ਸੰਗੋਵਾਲ ਹੁਣਾਂ ਦੀ ਮੈਂ ਹੀ ਕੀਤੀ ਸੀ ਇੰਟਰਵਿਊ, ਬਾਅਦ ਵਿੱਚ ਉਹਨਾਂ ਦਾ ਦੇਹਾਂਤ ਵੀ ਹੋ ਗਿਆ ਹੁਣ ਥੋੜੀ ਦੇਰ ਪਹਿਲਾਂ। ਹਾਂਜੀ, ਉਹ ਸਾਰਾ ਇਹ ਚੰਗੀ ਗੱਲ ਹੈ, ਕਿਉਂਕਿ ਜੇ ਇਹਨਾਂ ਚੀਜ਼ਾਂ ਨੂੰ ਤੁਸੀਂ ਲੋਕਾਂ ਦੇ ਮੂਹਰੇ ਲੈ ਕੇ ਆਉਂਗੇ, ਕਿਉਂਕਿ ਬਹੁਤ ਆਰਟਿਸਟ ਨੇ ਜਿਹੜੇ ਸੀਨੀਅਰ, ਮੈਨੂੰ ਯਾਦ ਹੈ ਇੱਕ ਵਾਰੀ ਚਮਕੀਲਾ ਜੀ ਦੇ ਨਾਲ ਉਹ ਗਾਉਂਦੇ ਸੋਨੀਆ ਜੀ, ਅਤੇ ਉਹ ਇੱਕ ਵਾਰੀ ਇੱਕ ਮੇਲੇ 'ਤੇ ਆਏ ਉੱਥੇ, ਮੈਨੂੰ ਨਹੀਂ ਸੀ ਪਤਾ ਕਿ ਉਹ ਨੇ, ਅਤੇ ਕਿਉਂਕਿ ਉਹਨਾਂ ਦਾ ਗਾਣਾ ਬੜਾ ਚੱਲਿਆ ਸੀ ਟਕੂਏ 'ਤੇ ਟਕੂਆ ਖੜ ਕੇ, ਉਹਨਾਂ ਦੇ ਨਾਲ ਉਸ ਵੇਲੇ ਗਾਇਆ ਸੀ, ਤਾਂ ਮੈਂ ਜਦੋਂ ਆਇਆ ਤਾਂ ਉਸ ਮੇਲੇ 'ਤੇ ਖੜ੍ਹਾਂ ਅਤੇ ਉਹ ਥੱਲੇ ਬੈਠੇ, ਅਤੇ ਮੈਨੂੰ ਕਹਿੰਦੇ ਕਿ ਮੈਂ ਨਕੋਦਰ ਬਾਪੂ ਲਾਲ ਬਾਦਸ਼ਾਹ ਜੀ ਦਾ ਦਰਬਾਰ ਦਾ ਮੇਲਾ ਸੀ, ਕਹਿੰਦੇ ਮੈਂ ਇੱਕ ਗਾਣਾ ਗਾਉਣਾ। ਮੈਂ ਕਿਹਾ ਆਂਟੀ ਜੀ ਤੁਸੀਂ ਬਹਿ ਜਾਓ, ਕੀ ਗੱਲ ਹੋਈ ਤੁਸੀਂ? ਅਤੇ ਉਹ ਮੈਂ ਬਾਅਦ ਵਿੱਚ ਮੈਨੂੰ ਕਿਸੇ ਨੇ ਦੱਸਿਆ ਕਿ ਉਹ ਨੇ ਜਿਨ੍ਹਾਂ ਦਾ ਚਮਕੀਲਾ ਜੀ ਦੇ ਨਾਲ ਗਾਣੇ ਆਏ, ਅਤੇ ਉਹਨਾਂ ਦਾ ਵਿਚਾਰਿਆਂ ਦਾ ਰੋਜ਼ੀ ਰੋਟੀ ਦਾ ਮਸਲਾ ਬੜਾ ਖਰਾਬ ਹੋ ਚੁੱਕਾ ਸੀ, ਅਤੇ ਮੈਨੂੰ ਬੜਾ ਹੋਇਆ ਕਿ ਯਾਰ ਪੰਜਾਬੀ ਦੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਲੋਕਾਂ ਦੇ ਰਾਜ ਕੀਤਾ, ਸੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਥੋੜ੍ਹੀ ਬਹੁਤੀ ਇਹੋ ਜਿਹੀ ਪੋਲਿਸੀ ਹੋਵੇ ਜਿਸ ਦੇ ਨਾਲ ਜਿਹੜਾ ਕੋਈ, ਕਿਉਂਕਿ ਇਹ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨੀ, ਲੋਕਾਂ ਦਾ ਇੰਟਰਟੇਨਮੈਂਟ ਕਰਨਾ, ਪਰ ਇੱਕ ਇਹੋ ਜਿਹੀ ਬਣਨੀ ਚਾਹੀਦੀ ਸੰਸਥਾ ਜਿਹਦੇ ਨਾਲ ਕਲਾਕਾਰ ਦਾ, ਉਸ ਆਰਟਿਸਟ ਦਾ ਜਿਹੜਾ ਐਂਡ ਆ ਉਹ ਵਧੀਆ ਹੋ ਸਕੇ। ਪਿੱਛੇ ਸਤੀਸ਼ ਕੌਲ ਸਾਹਿਬ ਦਾ ਤੁਸੀਂ ਵੀ ਕੀਤਾ ਸੀਗਾ, ਅਤੇ ਉਹ ਬੜੀ ਲੋਕਾਂ ਤੱਕ ਗੱਲ ਪੁੱਜੀ, ਲੋਕਾਂ ਨੇ ਉਹਨਾਂ ਦੀ ਬਹੁਤ ਹੈਲਪ ਕੀਤੀ। ਇਹੋ ਜਿਹੀ ਉਪਰਾਲੇ ਕਰੋ, ਆ ਜਿਹੜੇ ਟੀਟੂ ਛੱਟਣਾ ਰੁੱਟਣਾ ਵਾਲਾ, ਇਹੋ ਜਿਹੀਆਂ ਗੱਲਾਂ ਤੋਂ ਤੁਸੀਂ ਵੀ ਪਰਹੇਜ਼ ਕਰੋ, ਅਤੇ ਜਦੋਂ ਤੁਸੀਂ ਵੀ ਪਰਹੇਜ਼ ਕਰੋਗੇ ਤਾਂ ਆਪੇ ਜਦ ਕਿਸੇ ਨੇ ਲਾਉਣਾ ਹੀ ਨਹੀਂ ਅਤੇ ਲੋਕਾਂ ਤੱਕ ਗੱਲਾਂ ਹੀ ਨਹੀਂ ਜਾਣੀਆਂ। ਸੋ ਸਾਰਿਆਂ ਨੂੰ ਬੇਨਤੀ ਆ, ਕਿਉਂਕਿ ਤੁਹਾਡੇ ਅਦਾਰੇ ਦਾ, ਕਿਉਂਕਿ ਨਿਰਪੱਖਤਾ ਦੇ ਨਾਲ ਤੁਸੀਂ ਗੱਲਾਂ ਮੂਹਰੇ ਲੈ ਕੇ ਆਉਂਦੇ ਹੋ, ਅਤੇ ਇਹਨਾਂ ਗੱਲਾਂ ਤੋਂ ਸਾਰੇ ਪਰਹੇਜ਼ ਕਰੀਏ, ਤਾਂ ਇਹ ਆਪਾਂ ਪੰਜਾਬ ਨੂੰ ਇੱਕ ਚੰਗੀ ਸਿਹਤ ਵੱਲ ਲੈ ਕੇ ਜਾ ਸਕਦੇ। ਵੈਸੇ ਤੁਹਾਡੀ ਸੋਚ ਤੋਂ ਮੈਨੂੰ ਇੱਕ ਗੱਲ ਦੱਸੋ, ਜੇ ਬਲਰਾਜ ਪੰਜਾਬੀ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ? ਜੇ ਮੈਂ ਪੰਜਾਬੀ ਗਾਇਕ ਨਾ ਹੁੰਦਾ, ਜੱਟਾਂ ਦਾ ਮੁੰਡਾ ਖੇਤੀ ਕਰਦਾ ਹੋਣਾ ਸੀ, ਜਾਂ ਮੈਂ ਬਾਹਰ ਚਲ ਜਾਂਦਾ, ਅਤੇ ਪਰ ਮੇਰੀ ਸੋਚ ਵਿੱਚ ਇਨਕਲਾਬ ਹੈ, ਅਤੇ ਐਸੀ ਗੱਲ ਨਹੀਂ ਹੈ, ਕਿਤੇ ਮੌਕਾ ਮਿਲਿਆ ਤਾਂ ਦੇਸ਼ ਦੀ ਸੇਵਾ ਲਈ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ, ਅਤੇ ਪਾ ਵੀ ਰਹੇ ਆਪਣੇ ਤਰੀਕੇ ਨਾਲ ਜਿੰਨਾ ਕੁ ਵੀ ਹੈ, ਕਿਉਂਕਿ ਮੈਂ ਜਿਸ ਨਗਰ ਦਾ ਹਾਂ ਉਸ ਨਗਰ ਦੇ ਵਿੱਚ ਇਨਕਲਾਬ ਛੁਪਿਆ, ਕਿਉਂਕਿ ਪੰਜਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਨਗਰੀ ਹੈ ਬਿਲਗਾ ਪਿੰਡ, ਇਤਿਹਾਸਕ ਨਗਰ ਜਿੱਥੇ 82 ਦੇ ਕਰੀਬ ਫਰੀਡਮ ਫਾਈਟਰ ਨੇ ਜੀ ਬਿਲਕੁਲ, ਸੋ ਇਨਕਲਾਬ ਬਾਬਾ ਭਗਤ ਸਿੰਘ ਬਿਲਗਾ ਜੀ ਦਾ ਉਹ ਪਿੰਡ ਹੈ। ਸੋ ਉਸ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਜੇ ਮੈਂ ਕੋਈ ਗਾਣਾ ਕਰ ਰਿਹਾ, ਜੇ ਮੇਰੇ ਪਿੰਡ ਨੂੰ ਨਾ ਪਸੰਦ ਆਇਆ ਤਾਂ ਲੋਕਾਂ ਨੂੰ ਕੀ ਪਸੰਦ ਆਏਗਾ? ਬਿਲਕੁਲ। ਇਸ ਲਈ ਸੋਚ ਵਿੱਚ ਇਨਕਲਾਬ ਹੋਣਾ ਬਹੁਤ ਜ਼ਰੂਰੀ ਹੈ। ਇਹ ਇਨਕਲਾਬ ਹੀ ਜੇ ਮਰ ਗਿਆ ਤਾਂ ਇਹ ਜਿਹੜਾ ਗਲਤ ਅਨਸਰ ਨੇ ਬਹੁਤ ਸਾਡੇ 'ਤੇ ਹਾਵੀ ਹੋ ਜਾਣਗੇ। ਇਹਨਾਂ ਨੂੰ ਇਨਕਲਾਬ ਦੀ ਜਿਹੜੀ ਚਲਿੰਗ ਹੈ ਇਹ ਸੁਲਗਦੀ ਰਹਿਣੀ ਚਾਹੀਦੀ ਹੈ, ਨਹੀਂ ਤਾਂ ਹਿੰਦੁਸਤਾਨ ਗਲਤ ਹੱਥਾਂ ਵਿੱਚ ਚਲੇ ਗਿਆ ਤਾਂ ਉਹਨੂੰ ਮੁੜ ਕੇ ਕੱਢਣਾ ਔਖਾ ਹੋ ਜਾਏਗਾ।
ਇਨਕਲਾਬ ਜਿੰਦਾ ਰਹਿਣਾ ਚਾਹੀਦਾ। ਕੀ ਬਾਤ ਹੈ ਜੀ, ਬਹੁਤ ਹੀ ਨੇਕ ਸੋਚ ਹੈ। ਅਤੇ ਇੰਟਰਵਿਊ ਦੇ ਅਖੀਰ ਵਿੱਚ ਇੱਕ ਤੁਹਾਡਾ ਹੀ ਗੀਤ ਆ, ਜਿਹਦੀ ਗੱਡੀ 'ਤੇ ਕਨੇਡਾ ਲਿਖਿਆ ਉਹਦੇ ਪਿੱਛੇ ਫਿਰ ਦੌੜਦੀ, ਉਹ ਗੀਤ ਹੋ ਜੇ ਇੰਟਰਵਿਊ ਦੇ ਅਖੀਰ ਵਿੱਚ। ਮੈਂ ਮਾਫ਼ੀ ਚਾਹਾਂਗਾ, ਮੈਂ ਹੁਣ ਜਿਸ ਤੁਸੀਂ ਕਿਹਾ ਕਿ ਕਨੇਡਾ ਗਾਣਾ, ਮੈਂ ਲਾਸਟ 'ਚ ਇੱਕ ਕਿਉਂਕਿ ਮੈਸੇਜ ਮੈਂ ਗੱਲਾਂ ਉੱਦਾਂ ਦੀਆਂ ਕਰਤੀਆਂ, ਹੁਣ ਮੈਂ ਮੈਸੇਜ ਗਾਣਾ ਵੀ ਉਹ ਸੁਣਾ ਕੇ ਜਾਵਾਂਗਾ ਜੀ, ਜ਼ਰੂਰ। ਜਿਸ ਗਾਣੇ ਦੇ ਨਾਲ ਮੇਰਾ ਆਉਣ ਵਾਲਾ ਗਾਣਾ ਜੀ ਧੀਆਂ ਦੇ ਹੱਕ ਵਿੱਚ ਕਹਾ ਦਾ ਨਾਰਾ ਮਾਰਿਆ, ਉਹ ਗਾਣਾ ਮੈਂ ਅਸੀਂ ਜਲਦੀ ਰਿਲੀਜ਼ ਕਰ ਰਹੇ ਹਾਂ ਜੀ। ਉਹ ਮੈਨੂੰ ਸ਼ੀਸ਼ਿਆਂ ਤੋਂ ਵੱਧ ਸਾਫ਼ ਲੱਗਦੀ, ਦੇਖੀ ਨਾ ਯਕੀਨ ਕਰੀ ਗੰਧੜਾ, ਉਹ ਮੈਨੂੰ ਸ਼ੀਸ਼ਿਆਂ ਤੋਂ ਵੱਧ ਸਾਫ਼ ਲੱਗਦੀ, ਵੇਖੀ ਨਾ ਯਕੀਨ ਕਰੀ ਗੰਧੜਾ, ਨੀਤੀ ਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਣਦਾ ਏ ਸ਼ਮਲਾ, ਧੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਣਦਾ ਏ ਸ਼ਮਲਾ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਗੀਤ ਹੈ। ਪਰਮਾਤਮਾ ਇਸ ਗੀਤ ਜਦੋਂ ਵੀ ਆਵੇ ਤੁਹਾਡਾ ਤਾਂ ਮੈਂ ਕਹਿੰਦੀ ਰਿਕਾਰਡ ਤੋੜਦੇ ਗੀਤ ਵਾਲਾ। ਬਿਲਕੁਲ, ਹੁਣ ਤੁਸੀਂ ਟਾਈਟਲ ਵੀ ਇਸੇ ਗਾਣੇ ਦਾ ਕੱਢਿਓ, ਅੱਜ ਰਜਿਸਟਰਡ ਹੋ ਗਿਆ ਤੁਹਾਡੇ ਇਸ ਚੈਨਲ ਦੇ ਉੱਤੇ। ਸੋ ਥੈਂਕਸ ਜੀ, ਤੁਸੀਂ ਡੇਲੀ ਪੋਸਟ ਵਾਲਿਆਂ ਨੇ ਮੈਨੂੰ ਇੰਨਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਥੈਂਕਸ। ਤੁਹਾਡਾ ਚੈਨਲ ਚੜ੍ਹਦੀ ਕਲਾ 'ਚ ਰਹੇ, ਤੁਸੀਂ ਚੜ੍ਹਦੀ ਕਲਾ 'ਚ ਰਹੋ, ਤੁਹਾਨੂੰ ਦੇਖਣ ਵਾਲੇ ਸੁਣਨ ਵਾਲੇ ਉਹ ਚੜ੍ਹਦੀ ਕਲਾ ਵਿੱਚ ਰਹਿਣ, ਕਿਉਂਕਿ ਸ਼ਹੀਦੀ ਭਾਗ ਹੈ ਜਿਹੜੇ ਉਹਨਾਂ ਨੇ ਆ ਕੇ ਨਹੀਂ ਤੱਕਣਾ, ਮੇਰੇ ਇਸ ਦੇਸ਼ ਦੇ ਲੋਕੋ ਆਜ਼ਾਦੀ ਸਾਂਭ ਕੇ ਰੱਖਣਾ, ਆਜ਼ਾਦੀ ਸਾਂਭ ਕੇ ਰੱਖਣਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਸ ਸਨ ਸਾਡੇ ਨਾਲ ਬਲਰਾਜ ਹੋਣੀ, ਜਿਹਨਾਂ ਦੇ ਗੀਤ ਤੁਸੀਂ ਸੁਣੇ ਨੇ ਅਤੇ ਹਰ ਇੱਕ ਘਰ ਦੇ ਵਿੱਚ ਉਹ ਗੀਤ ਪਹੁੰਚੇ ਵੀ ਨੇ, ਅਤੇ ਬਹੁਤ ਹੀ ਖੂਬਸੂਰਤ ਗੀਤ ਹੈ ਜੋ ਧੀਆਂ ਦੇ ਉੱਪਰ ਆ ਰਿਹਾ। ਸੋ ਇਸ ਗੀਤ ਜਦੋਂ ਵੀ ਗੀਤ ਰਿਲੀਜ਼ ਹੋਏਗਾ ਹਰ ਘਰ ਦੇ ਵਿੱਚ ਸ਼ੇਅਰ ਹੋਣਾ ਚਾਹੀਦਾ, ਹਰ ਇੱਕ ਪਾਸੇ ਜਿਹੜਾ ਉਹ ਜਾਣਾ ਚਾਹੀਦਾ ਗੀਤ, ਤਾਂ ਕਿ ਧੀਆਂ ਦੀ ਜਿਹੜੀ ਉਹ ਇੱਕ ਸੋਚ ਹੈ, ਇੱਕ ਧੀਆਂ ਦੀ ਜਿਹੜੀ ਹਾਲਤ ਨੇ ਅੱਜ ਦੇ ਟਾਈਮ ਵਿੱਚ, ਉਹ ਹਰ ਘਰ ਦੇ ਵਿੱਚ ਪਹੁੰਚਣ। ਇਸੇ ਤਰ੍ਹਾਂ ਤੁਹਾਨੂੰ ਹੋਰ ਕਲਾਕਾਰਾਂ ਫਨਕਾਰਾਂ ਦੇ ਨਾਲ ਮਿਲਾਉਂਦੇ ਰਹਾਂਗੇ। ਹੁੰਦੇ ਆ ਗਿਆ, ਸਤਿ ਸ਼੍ਰੀ ਅਕਾਲ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ, ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।